ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਹ ਪ੍ਰਭੂ ਨਾਨਕ ਦੇ ਕਰ ਹੱਥ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਹ ਦੁਆਰ ਸਤਿਗੁਰ ਕੀ ਜਿਸਨੋ ਮਤ ਆਵੈ ਸੋ ਸਤਿਗੁਰ ਮਾਹਿ ਸਮਾਨਾ ਇਹੋ ਬਾਣੀ ਜੋ ਜੀ ਉਹ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਸਤਿਗੁਰੂ ਗਰੀਬ ਨਿਵਾਜ ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਦੀਨਾ ਬੰਧੂ ਚਵਰ ਛਤਰ ਤਖਤ ਕੇ ਮਾਲਕ ਦਸਾਂ ਪਾਤਸ਼ਾਹੀਆਂ ਕੀ ਪਾਵਨ ਜੋਤ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੱਖ ਸਰੂਪ ਰਾਜਾਨ ਰਾਜਪਾ ਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਦਮਦਮੇ ਟਕਸਾਲ ਦੇ ਇਟਲੀ ਵਿਖੇ ਸਥਾਪਿਤ ਹੋਏ ਇਸ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਵਿਖੇ ਕਾਜ਼ਲ ਮਰਾਨੋ ਸ਼ਹਿਰ ਵਿਖੇ ਹਫ਼ਤਾਵਾਰੀ ਦੀਵਾਨ ਵਿੱਚ ਸੰਗਤਾਂ ਇਕੱਤਰ ਹੋਈਆਂ ਨੇ ਔਰ ਇਉਂ ਨਾਮ ਬਾਣੀ ਦੇ ਲਾਹੇ ਪ੍ਰਾਪਤ ਕੀਤੇ ਨੇ।
ਇਸ ਹਫ਼ਤੇ ਦੇ ਦੀਵਾਨ ਵਿਸ਼ੇਸ਼ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਪੂਰਨਤਾ ਦਿਵਸ ਨੂੰ ਅਤੇ ਨਾਲ ਹੀ ਦਮਦਮੀ ਟਕਸਾਲ ਦੀ ਸਿਰਜਣਾ ਦਿਵਸ ਨੂੰ ਸਮਰਪਿਤ ਹਨ। 23 ਸਾਵਣ ਦਾ ਦਿਨ ਔਰ ਇਸੇ ਪ੍ਰਕਾਰ ਸੰਮਤ 1763 ਬਿਕਰਮੀ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਸੰਪੂਰਨ ਕਰਵਾਈ ਤੇ ਨਾਲ ਹੀ ਗੁਰਬਾਣੀ ਦੇ ਅਰਥ ਪੜ੍ਹਾ ਕੇ ਇਸ ਦਿਨ ਹੀ ਅਰਥਾਂ ਦੀ ਪਰੰਪਰਾ ਸੰਪਰਦਾਇ ਜੋ ਸੀ ਦਮਦਮੀ ਟਕਸਾਲ ਦੇ ਰੂਪ ਵਿੱਚ ਆਰੰਭ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਵਿੱਤਰ ਇਤਿਹਾਸ ਦੇ ਬਾਰੇ ਕੱਲ੍ਹ ਸ਼ਾਮ ਦੇ ਦੀਵਾਨਾਂ ਵਿੱਚ ਵੀ ਵਿਚਾਰਾਂ ਹੋਈਆਂ ਸਨ। ਉਹਨਾਂ ਵਿਚਾਰਾਂ 'ਤੇ ਪੰਛੀ ਝਾਤ ਮਾਰਦਿਆਂ ਲੜੀ ਨੂੰ ਮੈਂ ਅੱਗੇ ਤੋਰਨ ਦਾ ਯਤਨ ਕਰਾਂ ਜੋ ਰਾਤ ਗੁਰਦੁਆਰਾ ਸਾਹਿਬ ਕੱਲ੍ਹ ਸ਼ਾਮ ਨੂੰ ਗੁਰਦੁਆਰਾ ਸਾਹਿਬ ਸੰਗਤਾਂ ਆਈਆਂ ਸਨ, ਸੋ ਤਿਨ੍ਹਾਂ ਨੇ ਇਹ ਵਿਚਾਰਾਂ ਸਰਵਣ ਕੀਤੀਆਂ ਸੀ ਕਿ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ, ਜਿਨ੍ਹਾਂ ਦਾ ਆਪਾਂ 550 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਅੱਜ ਤੋਂ 550 ਸਾਲ ਪਹਿਲਾਂ ਕੱਤਕ ਸੁਦੀ ਪੂਰਨਮਾਸ਼ੀ ਸੰਮਤ 1526 ਬਿਕਰਮੀ ਸੰਨ 1469 ਈਸਵੀ ਨੂੰ ਇਸ ਸੰਸਾਰ 'ਤੇ ਪ੍ਰਗਟ ਹੋਏ ਰਾਏ ਭੋਏ ਦੀ ਤਲਵੰਡੀ ਵਿਖੇ ਸਰੀਰਕ ਤੌਰ 'ਤੇ ਸਤਿਗੁਰੂ ਜੀ ਨੇ ਜਨਮ ਲਿਆ ਔਰ ਤਕਰੀਬਨ 70 ਵਜੇ ਦੀ ਸਰੀਰਕ ਆਯੂ ਦੇ ਵਿੱਚ ਆਪ ਜੀ ਨੇ ਕੁੱਲ ਹਿੰਦੁਸਤਾਨ ਹੀ ਨਹੀਂ ਬਲਕਿ ਹਿੰਦੁਸਤਾਨ ਤੋਂ ਬਾਹਰ ਵੀ ਅਨੇਕਾਂ ਥਾਵਾਂ 'ਤੇ ਵਿਚਰ ਕੇ ਸੰਸਾਰ ਨੂੰ ਸੱਚ ਧਰਮ ਦਾ ਮਾਰਗ ਦਿਖਾਇਆ। ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਦਾ ਸਿਧਾਂਤ, ਗੁਰਮੁਖ ਨਾਮ ਦਾਨ ਇਸਨਾਨ ਦੀ ਜੁਗਤ ਸਤਿਗੁਰੂ ਗਰੀਬ ਨਿਵਾਜ ਜੀ ਨੇ ਵਰਤਾਈ ਤੇ ਸੰਸਾਰ ਨੂੰ ਲੋਕਾਈ ਨੂੰ ਜੋ ਵੀ ਆਪ ਜੀ ਨੇ ਅਗੰਮੀ ਉਪਦੇਸ਼ ਬਖਸ਼ਿਸ਼ ਕੀਤਾ ਉਹ ਧੁਰੋਂ ਆਈ ਅੰਮ੍ਰਿਤ ਰੂਪ ਅਕਾਲੀ ਬਾਣੀ ਉਚਾਰਨ ਕਰਕੇ ਕਾਵਿ ਰੂਪ ਦੇ ਵਿੱਚ ਗੁਰੂ ਗਰੀਬ ਨਿਵਾਜ ਜੀ ਨੇ ਇਹ ਉਪਦੇਸ਼ ਬਖਸ਼ਿਆ। ਕਿਵੇਂ ਕਿਵੇਂ ਤੇ ਕਿੱਥੇ ਕਿੱਥੇ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤੇ, ਥੋੜ੍ਹੀਆਂ ਜਿਹੀਆਂ ਬੇਨਤੀਆਂ ਕੱਲ੍ਹ ਕੀਤੀਆਂ ਸਨ, ਸੰਪੂਰਨ ਤੌਰ 'ਤੇ ਤਾਂ ਵਰਣਨ ਹੋ ਹੀ ਨਹੀਂ ਸਕਦਾ। ਅੰਮ੍ਰਿਤ ਰੂਪ ਅਗੰਮੀ ਬਾਣੀ ਜਿਸ ਦੇ ਬਾਰੇ ਆਪ ਜੀ ਨੇ ਬਚਨ ਕਹੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਜਿਸ ਦੇ ਬਾਰੇ ਬਚਨ ਕੀਤੇ ਕਿ ਬਾਣੀ ਬਿਰਲਵ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਐਸੀ ਅੰਮ੍ਰਿਤ ਰੂਪ ਬਾਣੀ ਆਪ ਜੀ ਨੇ ਸੰਸਾਰ ਨੂੰ ਬਖਸ਼ਿਸ਼ ਕੀਤੀ, ਬਾਣੀ ਉਚਾਰਨ ਕਰਕੇ ਉਪਦੇਸ਼ ਬਖਸ਼ਿਆ ਤੇ ਹੋਰ ਵੀ ਕਿਰਪਾ ਕੀਤੀ ਕਿ ਉਸ ਬਾਣੀ ਨੂੰ ਲਿਖਤੀ ਰੂਪ ਦੇ ਵਿੱਚ ਵੀ ਸੰਭਾਲਿਆ। ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉੱਪਰ ਬਖਸ਼ਿਸ਼ ਕੀਤੀ, ਗੁਰਤਾ ਦੀ ਦਾਤ ਬਖਸ਼ੀ, ਆਪ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਜੋਤੀ ਜੋਤ ਸਮਾਏ। ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਾਣੀ ਉਚਾਰਨ ਕਰਕੇ ਉਪਦੇਸ਼ ਬਖਸ਼ਿਆ
ਤੇ ਭਾਈ ਪੈੜਾ ਮੋਖਾ ਜੀ ਗੁਰੂ ਕੇ ਉਚਾਰਨ ਕੀਤੇ ਸਲੋਕ ਲਿਖਤ ਵਿੱਚ ਲਿਆਉਂਦੇ ਰਹੇ, ਲਿਖਦੇ ਰਹੇ। ਸਮਾਂ ਆਉਂਦਾ ਹੈ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਪਹਿਲੇ ਸਤਿਗੁਰੂ ਮਹਾਰਾਜ ਜੀ ਦੀ ਤਰ੍ਹਾਂ ਆਪ ਜੀ ਨੇ ਹਿੰਦੁਸਤਾਨ ਭਰ ਵਿੱਚ ਵਿਚਰ ਕੇ ਨਾਮ ਬਾਣੀ ਦੇ ਛੱਟੇ ਦਿੱਤੇ, ਸਮਾਜਿਕ ਕੁਰੀਤੀਆਂ ਨੂੰ ਖਤਮ ਕੀਤਾ, ਗੁਰਮਤਿ ਦੇ ਵਿਚਾਰਧਾਰਾ ਨੂੰ ਪ੍ਰਚਾਰਿਆ ਔਰ ਬਾਣੀ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਤੇ ਆਪ ਜੀ ਦੇ ਪੋਤਰੇ ਭਾਈ ਸੰਸ ਰਾਮ ਜੀ ਉਹ ਆਪ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਰੂਪੀ ਸ਼ਬਦਾਂ ਨੂੰ ਲਿਖਣ ਦੀ ਸੇਵਾ ਵੀ ਨਿਭਾਉਂਦੇ ਰਹੇ। ਇਉਂ ਲਿਖਤੀ ਸਰੂਪ ਵਿੱਚ ਪੋਥੀਆਂ ਜਿਹੜੀਆਂ ਸਨ ਉਹ ਇਕੱਤਰ ਹੋਈਆਂ। ਵਾਹਿਗੁਰੂ ਦੇ ਪਿਆਰੇ ਭਗਤ ਜੋ ਥਾਵਾਂ ਥਾਵਾਂ ਤੇ ਹਿੰਦੁਸਤਾਨ ਦੇ ਵਿੱਚ ਹੋਏ ਉਹਨਾਂ ਦੀ ਬਾਣੀ ਵੀ ਜੋ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਕੱਤਰ ਕੀਤੀ, ਪੋਥੀਆਂ ਵਿੱਚ ਸੰਚਿਤ ਕੀਤੀ ਸੀ, ਉਹ ਵੀ ਨਾਲ ਸੰਮਿਲਿਤ ਹੈ। ਤੇ ਸਤਿਗੁਰੂ ਅਮਰਦਾਸ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਨੂੰ ਅਮੋਲਕ ਜਾਣ ਕੇ, ਮਹਾਨ ਤੋਂ ਮਹਾਨ ਜਾਣ ਕੇ, ਇਹਨਾਂ ਦੀ ਸਾਂਭ ਸੰਭਾਲ ਦੀ ਉਚੇਚੇ ਤੌਰ ਤੇ ਜ਼ਿੰਮੇਵਾਰੀ ਆਪਣੇ ਵੱਡੇ ਸਪੁੱਤਰ ਬਾਬਾ ਮੋਹਨ ਜੀ ਦੀ ਲਾਈ। ਬਾਬਾ ਮੋਹਨ ਜੀ ਦੇ ਸਪੁੱਤਰ ਹੀ ਅੱਗੇ ਬਾਬਾ ਸੰਸ ਰਾਮ ਜੀ ਸਨ, ਜੋ ਤੀਸਰੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਬਾਣੀ ਨੂੰ ਨਾਲ ਦੇ ਨਾਲ ਲਿਖਦੇ ਰਹੇ। ਬਾਬਾ ਮੋਹਨ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਦਾ ਬੜੇ ਅਦਬ ਸਤਿਕਾਰ ਦੇ ਨਾਲ ਸਾਂਭ ਸੰਭਾਲ ਦਾ ਜ਼ਿੰਮਾ ਉਠਾਇਆ। ਉਹ ਇਹ ਸੇਵਾ ਨਿਭਾਉਂਦੇ ਰਹੇ। ਮਹਾਨ ਤਪੱਸਵੀ ਸਨ, ਤਪ ਵੀ ਕਰਦੇ, ਬੰਦਗੀ ਵੀ ਕਰਦੇ, ਪੋਥੀਆਂ ਦੀ ਸੇਵਾ ਵੀ ਕਰਦੇ ਰਹੇ ਸੀ। ਤੇ ਜਦ ਸਤਿਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ, ਕੁੱਲ ਸੰਗਤਾਂ ਨੇ ਪਰਿਵਾਰ ਸਮੇਤ, ਬਾਬਾ ਮੋਹਰੀ ਜੀ ਸਮੇਤ ਗੁਰੂ ਅਮਰਦਾਸ ਜੀ ਦਾ ਹੁਕਮ ਮੰਨਿਆ ਸੀ, ਪਰ ਬਾਬਾ ਮੋਹਨ ਜੀ ਨੇ ਹੁਕਮ ਦੀ ਪਾਲਣਾ ਨਹੀਂ ਕੀਤੀ। ਮਨ ਵਿੱਚ ਇਹ ਖਿਆਲ ਰੱਖ ਕੇ ਤੇ ਇਹ ਕਹਿੰਦਿਆਂ ਹੋਇਆ ਕਿ ਇਹ ਰਾਮਦਾਸ ਜੀ ਤਾਂ ਮੇਰੇ ਤੋਂ ਉਮਰ ਵਿੱਚ ਵੀ ਕਾਫੀ ਛੋਟੇ ਨੇ ਤੇ ਸਾਡੇ ਘਰ ਇਹ ਟੋਕਰੀ ਢੋਣ ਦੀ ਸੇਵਾ ਕਰਦੇ ਰਹੇ, ਮੈਂ ਇਹਨਾਂ ਅੱਗੇ ਕਿਉਂ ਝੁਕਾਂ। ਇਉਂ ਕੁਝ ਹੰਕਾਰ ਭਾਵਨਾ ਆਪਣੇ ਮਨ ਵਿੱਚ ਰੱਖੀ ਸੀ, ਜਿਸ ਕਰਕੇ ਸਤਿਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਝੁਕੇ ਨਹੀਂ, ਗੁਰੂ ਰੂਪ ਕਰਕੇ ਮੱਥਾ ਨਹੀਂ ਸੀ ਟੇਕਿਆ, ਆਕੀ ਹੋ ਗਏ ਸਨ। ਤੇ ਸਤਿਗੁਰੂ ਅਮਰਦਾਸ ਜੀ ਨੇ ਬਚਨ ਕਰ ਦਿੱਤਾ ਸੀ, ਮੋਹਣ ਤੂੰ ਆਫਰ ਗਿਆ। ਤੀਸਰੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ। ਚੌਥੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਨਗਰ ਵਸਾਇਆ, ਜਿਸ ਦਾ ਪਹਿਲਾ ਨਾਮ ਗੁਰੂ ਕਾ ਚੱਕ ਰੱਖਿਆ ਸੀ। ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਗੁਰੂ ਕੇ ਚੱਕ ਨੂੰ ਰਾਮਦਾਸਪੁਰ ਕਹਿ ਕੇ ਵਡਿਆਇਆ ਤੇ ਇੱਥੇ ਸਤਿਗੁਰੂ ਜੀ ਦੇ ਲਾਏ ਹੋਏ ਅੰਮ੍ਰਿਤ ਸਰੋਵਰ ਤੋਂ ਇਸ ਸ਼ਹਿਰ ਦਾ ਨਾਮ ਅੰਮ੍ਰਿਤਸਰ ਪਿਆ। ਇੱਥੇ ਨਿਵਾਸ ਰੱਖਿਆ ਹੈ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ। ਪਿੱਛੇ ਬਾਬਾ ਮੋਹਨ ਜੀ ਦੇ ਚਿੱਤ ਨੂੰ ਕਦੇ ਸ਼ਾਂਤੀ ਨਾ ਆਈ, ਬਹੁਤ ਦੁਖੀ ਹੋਏ। ਪਿਤਾ ਸਤਿਗੁਰਾਂ ਨੂੰ ਚੇਤੇ ਕੀਤਾ, ਯਾਦ ਕੀਤਾ, ਸਤਿਗੁਰੂ ਜੀ ਮੈਂ ਭੁੱਲ ਗਿਆ, ਮੇਰੇ ਤੇ ਕਿਰਪਾ ਕਰੋ। ਦਰਸ਼ਨ ਦਿਦਾਰੇ ਬਖਸ਼ਿਸ਼ ਕਰਕੇ ਸਤਿਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਸੀ ਕਿ ਇਹ ਪੁੱਤਰ ਮੋਹਨ ਜਿੰਨੀ ਨਿਮਰਤਾ ਉਦੋਂ ਧਾਰਨ ਕਰਨੀ ਬਣਦੀ ਸੀ, ਉਹਦੇ ਨਾਲੋਂ ਵੀ ਦੁੱਗਣੀ ਤਿਗਣੀ ਨਿਮਰਤਾ ਧਾਰਨ ਕਰੇਗਾ ਤਾਂ ਗੱਲ ਬਣੇਗੀ। ਸਤਿਗੁਰੂ ਰਾਮਦਾਸ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਤਾ ਤੇ ਸੁਸ਼ੋਭਿਤ ਹੋਣਗੇ, ਉਹ ਤੁਹਾਡੇ ਕੋਲ ਆਉਣਗੇ ਪੋਥੀਆਂ ਲੈਣ ਵਾਸਤੇ, ਉਹਨਾਂ ਦੇ ਚਰਨਾਂ ਤੇ ਝੁਕਣਾ,
ਫਿਰ ਤੁਹਾਨੂੰ ਸ਼ਾਂਤੀ ਆਵੇਗੀ ਤੇ ਅਸਲੀ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇਗੀ। ਉਦੋਂ ਤੱਕ ਤੁਸੀਂ ਇੱਥੇ ਬੰਦਗੀ ਕਰੋ, ਤਪ ਕਰੋ। ਸਤ ਬਚਨ ਕਿਹਾ ਸੀ ਬਾਬਾ ਮੋਹਨ ਜੀ ਨੇ, ਸਮਾਂ ਆਪਣੀ ਚਾਲ ਚੱਲਿਆ, ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਵੀ ਲਿਖਤੀ ਰੂਪ ਵਿੱਚ ਸੰਭਾਲੀ ਗਈ ਤੇ ਹੁਣ ਅੱਗੇ ਸਮਾਂ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਉਂਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਜੋਤੀ ਜੋਤ ਸਮਾਉਂਦੇ ਨੇ। ਪੰਜਵੇਂ ਪਾਤਸ਼ਾਹ ਜੀ ਨੇ ਵੀ ਜੋ ਉਪਦੇਸ਼ ਬਖਸ਼ਿਆ, ਅੰਮ੍ਰਿਤ ਰੂਪ ਬਾਣੀ ਉਚਾਰਨ ਕਰਕੇ ਬਖਸ਼ਿਆ, ਬਲਕਿ ਸਭ ਤੋਂ ਵੱਧ ਬਾਣੀ ਦਾ ਉਚਾਰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤਾ ਔਰ ਉਹਨੂੰ ਲਿਖਤੀ ਰੂਪ ਵਿੱਚ ਵੀ ਸੰਭਾਲਿਆ। ਉੱਧਰ ਜਦੋਂ ਤੋਂ ਗੁਰਤਾ ਗੱਦੀ ਦੀ ਦਾਤ ਪੰਚਮ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਈ ਸੀ, ਆਪ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਈਰਖਾ ਕਰਦਾ ਸੀ, ਵਿਰੋਧ ਕਰਦਾ ਸੀ ਔਰ ਇਸੇ ਈਰਖਾ ਸਾੜੇ ਦੇ ਵਿੱਚ ਹੀ ਸਾਰਾ ਜੀਵਨ ਬੀਤਿਆ ਤੇ ਪ੍ਰਿਥੀ ਚੰਦ ਦਾ ਪੁੱਤਰ ਜੋ ਮਿਹਰਵਾਨ ਸੀ ਉਸਨੇ ਵੀ ਆਪਣੇ ਪਿਤਾ ਵਰਗੇ ਚਾਲੇ ਫੜੀ ਰੱਖੇ, ਆਪਣਾ ਵੱਖਰਾ ਗੁਰੂ ਡੰਮ ਚਲਾਉਣ ਦੀ ਅਸਫਲ ਕੋਸ਼ਿਸ਼ ਕੀਤੀ, ਕਾਮਯਾਬੀ ਨਹੀਂ ਸੀ ਮਿਲੀ। ਪਰ ਜਿਵੇਂ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੀ ਰਚਨਾ ਹੈ, ਇਸ ਤਰ੍ਹਾਂ ਬਾਣੀ ਦੀ ਤਰਜ ਤੇ ਉਸੇ ਤਰੀਕੇ ਨਾਲ ਆਪਣੀ ਕਾਵਿ ਰਚਨਾ ਕਰਨੀ ਸ਼ੁਰੂ ਕੀਤੀ ਮਿਹਰਵਾਨ ਨੇ ਤੇ ਉਹਦੇ ਵਿੱਚ ਸਤਿਗੁਰਾਂ ਦੀ ਤਰ੍ਹਾਂ ਨਾਨਕ ਪਦ ਦੀ, ਨਾਨਕ ਨਾਮ ਦੀ ਵਰਤੋਂ ਕੀਤੀ ਜੋ ਉਸਦਾ ਅਧਿਕਾਰ ਨਹੀਂ ਸੀ। ਇਹ ਬਾਣੀ ਤਾਂ ਧੁਰੋਂ ਅਗੰਮੀ ਆਈ ਹੈ ਜਿਸ ਦੇ ਬਾਰੇ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਬਚਨ ਕਹੇ ਕਿ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਚੌਥੇ ਪਾਤਸ਼ਾਹ ਬਚਨ ਕਰਦੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣਹੁ ਗੁਰ ਸਿੱਖ ਹੋ, ਹਰ ਕਰਤਾ ਆਪ ਮੋਹ ਕਢਾਏ। ਪੰਜਵੇਂ ਪਾਤਸ਼ਾਹ ਦੇ ਬਚਨ ਆਪਾਂ ਸਭਨਾਂ ਨੂੰ ਚੇਤੇ ਨੇ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਤਾਂ ਧੁਰੋਂ ਆਈ ਹੈ ਤੇ ਵਾਹਿਗੁਰੂ ਦੇ ਪ੍ਰਤੱਖ ਰੂਪ ਸਤਿਗੁਰਾਂ ਦੇ ਮੁੱਖ ਤੋਂ ਪ੍ਰਗਟ ਹੋਈ ਹੈ। ਮਿਹਰਵਾਨ ਦੀਆਂ ਆਪਣੀਆਂ ਕੱਚ ਘਰੜ ਰਚਨਾਵਾਂ ਨੇ ਦਿਮਾਗ ਤੇ ਜ਼ੋਰ ਪਾ ਕੇ ਲਿਖੀ ਹੋਈ ਕਵਿਤਾ ਹੈ ਤੇ ਉਸਨੂੰ ਬਾਣੀ ਦੀ ਬਰਾਬਰੀ ਦੇਣ ਦਾ ਯਤਨ ਕਰਦਿਆਂ ਹੋਇਆਂ ਉਹਦੇ ਵਿੱਚ ਨਾਨਕ ਨਾਮ ਦੀ ਨਜਾਇਜ਼ ਤੌਰ ਤੇ ਵਰਤੋਂ ਕੀਤੀ ਹੈ। ਜਦੋਂ ਸਤਿਗੁਰਾਂ ਦੇ ਕੋਲ ਇਹ ਗੱਲ ਆਈ ਹੈ, ਇਹ ਖਿਆਲ ਕਰਕੇ ਕਿ ਸੱਚੀ ਬਾਣੀ ਵਿੱਚ ਕੱਚੀ ਬਾਣੀ ਦਾ ਰਲਾ ਨਾ ਪਵੇ ਤੇ ਨਾਲ ਹੀ ਅੱਗੋਂ ਬਾਣੀ ਨੇ ਹੀ ਕੌਮ ਦੀ ਅਗਵਾਈ ਕਰਨੀ ਹੈ, ਗੁਰੂ ਸਰੂਪ ਹੋ ਕੇ ਸਮੁੱਚੀ ਕੌਮ ਨੂੰ ਅਗਵਾਈ ਦੇਣੀ ਹੈ, ਸਤਿਗੁਰੂ ਅਰਜਨ ਦੇਵ ਜੀ ਨੇ ਉੱਦਮ ਉਪਰਾਲਾ ਕੀਤਾ ਸੀ ਕਿ ਸਾਰੀ ਬਾਣੀ ਜਿਹੜੀ ਹੈ ਪੰਜਾਂ ਸਰੂਪਾਂ ਦੀ ਇੱਕ ਜਗ੍ਹਾ ਤੇ ਇਕੱਤਰ ਕੀਤੀ ਜਾਵੇ। ਇਹਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਥਾਵਾਂ ਥਾਵਾਂ ਤੇ ਇਹ ਸੁਨੇਹੇ, ਇਹ ਲਿਖਤੀ ਹੁਕਮਨਾਮੇ ਵੀ ਭੇਜੇ ਕਿ ਜਿਨ੍ਹਾਂ ਜਿਨ੍ਹਾਂ ਗੁਰੂ ਪ੍ਰੇਮੀਆਂ ਦੇ ਕੋਲ ਸਤਿਗੁਰੂ ਜੀ ਦੇ ਉਚਾਰਨ ਕੀਤੇ ਕੋਈ ਸ਼ਬਦ ਲਿਖਤੀ ਰੂਪ ਵਿੱਚ ਸੰਭਾਲੇ ਹੋਏ ਨੇ, ਉਹ ਇਹਨਾਂ ਸ਼ਬਦਾਂ ਨੂੰ ਲੈ ਕੇ ਸਾਡੇ ਕੋਲ ਗੁਰੂ ਕੀ ਨਗਰੀ ਵਿਖੇ ਆਵੇ। ਭਾਈ ਸਾਹਿਬ, ਭਾਈ ਪੈੜਾ ਜੀ ਹੋਰਾਂ ਨੂੰ ਸਤਿਗੁਰੂ ਜੀ ਨੇ ਸ਼ਿਵਨਾਭ ਰਾਜੇ ਦੀ ਨਗਰੀ ਸੰਗਲਾਦੀਪ, ਜਿਸ ਨੂੰ ਅੱਜ ਆਪਾਂ ਸ੍ਰੀ ਲੰਕਾ ਦੇ ਨਾਮ ਨਾਲ ਯਾਦ ਕਰਦੇ ਹਾਂ, ਉੱਥੋਂ ਉਚਾਰਨ ਕੀਤੀ ਪ੍ਰਾਣ ਸੰਗਲੀ ਪੋਥੀ ਵੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਚੇਚੇ ਤੌਰ ਤੇ ਲੈਣ ਵਾਸਤੇ ਭੇਜਿਆ ਸੀ। ਤੇ ਸਤਿਗੁਰਾਂ ਨੂੰ ਪਤਾ ਹੈ ਕਿ ਪਹਿਲੇ ਸਤਿਗੁਰਾਂ ਦੀ ਬਾਣੀ ਜਿਹੜੀ ਹੈ ਗੋਇੰਦਵਾਲ ਸਾਹਿਬ ਵਿਖੇ ਸਾਡੇ ਮਾਮਾ ਜੀ ਬਾਬਾ ਮੋਹਨ ਜੀ ਕੋਲ ਸਾਂਭੀ ਹੋਈ ਹੈ,
ਉਹ ਪੋਥੀਆਂ ਉੱਥੋਂ ਲਿਆਂਦੀਆਂ ਜਾਣ। ਇਹ ਖਿਆਲ ਕਰਕੇ ਕਿ ਕੌਣ ਪੋਥੀਆਂ ਲੈ ਕੇ ਆਵੇ, ਭਾਈ ਸਾਹਿਬ ਭਾਈ ਗੁਰਦਾਸ ਜੀ ਪਹਿਲਾਂ ਗਏ ਸਨ ਗੋਇੰਦਵਾਲ ਸਾਹਿਬ ਪੋਥੀਆਂ ਲੈਣ ਲਈ, ਪਰ ਬਾਬਾ ਮੋਹਨ ਜੀ ਨੂੰ ਆਵਾਜ਼ਾਂ ਮਾਰੀਆਂ, ਉਹਨਾਂ ਦੀ ਸਮਾਧੀ ਨਾ ਸੀ ਖੁੱਲ੍ਹੀ, ਵਾਪਸ ਮੁੜਨਾ ਪਿਆ। ਕਿਉਂਕਿ ਤੀਸਰੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਗੁਰੂ ਅਰਜਨ ਦੇਵ ਜੀ ਤੋਂ ਬਿਨਾਂ ਪੋਥੀਆਂ ਹੋਰ ਕਿਸੇ ਨੂੰ ਨਹੀਂ ਦੇਣੀਆਂ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਪਸ ਮੁੜੇ ਨੇ, ਤਾਂ ਉਪਰੰਤ ਬਾਬਾ ਬੁੱਢਾ ਸਾਹਿਬ ਜੀ ਗਏ। ਉਹਨਾਂ ਨੇ ਵੀ ਬਥੇਰਾ ਦਰਵਾਜ਼ਾ ਖੜਕਾਇਆ, ਆਵਾਜ਼ਾਂ ਮਾਰੀਆਂ, ਪਰ ਗੱਲ ਨਾ ਬਣੀ। ਤੇ ਆਖਰ, ਕਿਉਂਕਿ ਪੁਰਾਣੇ ਚੂਥੀ ਵਾਲੇ ਦਰਵਾਜ਼ੇ ਹੋਇਆ ਕਰਦੇ ਸਨ, ਉਹ ਚੂਥੀ ਉਖਾੜ ਕੇ ਦਰਵਾਜ਼ਾ ਹੀ ਉਖਾੜ ਦਿੱਤਾ ਤੇ ਅੰਦਰ ਬੈਠੇ ਬਾਬਾ ਮੋਹਨ ਜੀ ਨੂੰ ਹਲੂਨਣ ਲੱਗ ਪਏ ਸਨ ਕਿ ਇਹਨਾਂ ਦੀ ਸਮਾਧੀ ਨੂੰ ਖੋਲ੍ਹਿਆ ਜਾਵੇ। ਉਧਰੋਂ ਬਾਬਾ ਮੋਹਰੀ ਜੀ ਆਏ ਤੇ ਉਹਨਾਂ ਨੇ ਬਾਬਾ ਜੀ ਨੂੰ ਵਰਜਿਆ, ਹੱਥ ਜੋੜ ਬੇਨਤੀ ਕੀਤੀ, ਬਾਬਾ ਜੀ ਤੁਸੀਂ ਗੁਰੂ ਘਰ ਦੇ ਪ੍ਰਾਪਤਨ ਸਭਨਾਂ ਨਾਲੋਂ ਸਤਿਕਾਰਯੋਗ ਸਿੱਖ ਹੋ, ਭਰਾ ਮੋਹਨ ਜੀ ਦਾ ਸੁਭਾਅ ਜਰਾ ਕਰੜਾ ਹੈ, ਛੋਟਾ ਵੱਡਾ ਨਹੀਂ ਵੇਖਦੇ, ਐਸਾ ਨਾ ਹੋਵੇ ਕਿ ਇਉਂ ਜ਼ਬਰਦਸਤੀ ਸਮਾਧੀ ਖੋਲ੍ਹੀ ਜਾਣ ਤੋਂ ਕੋਈ ਕੌੜਾ ਬਚਨ ਕਰ ਦੇਣ, ਸੋ ਆਪ ਜੀ ਇਸ ਤਰ੍ਹਾਂ ਨਾ ਕਰੋ। ਬਾਬਾ ਬੁੱਢਾ ਸਾਹਿਬ ਜੀ ਵੀ ਵਾਪਸ ਪਰਤੇ। ਹੁਣ ਖੁਦ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਵਿਖੇ ਆਏ ਸਨ ਤੇ ਚੁਬਾਰਾ ਸਾਹਿਬ ਦੀ ਜਿਹੜੀ ਬਾਹਰਲੀ ਗਲੀ ਹੈ, ਉੱਥੇ ਹੇਠਾਂ ਬੈਠ ਕੇ ਤੰਬੂਰਾ ਸਾਜ ਆਪਣੇ ਪਵਿੱਤਰ ਹਸਤ ਕਮਲਾਂ ਵਿੱਚ ਲੈ ਕੇ ਸਤਿਗੁਰੂ ਮਹਾਰਾਜ ਨੇ ਉੱਥੇ ਅੰਮ੍ਰਿਤ ਰੂਪ ਗੁਰਬਾਣੀ ਦਾ ਸ਼ਬਦ ਉਚਾਰਨ ਕਰਕੇ ਬਾਬਾ ਮੋਹਨ ਜੀ ਨੂੰ ਸੱਦ ਲਾਉਣੀ ਆਰੰਭ ਕੀਤੀ ਸੀ, ਜਿਸ ਵਿੱਚ ਅਸਲ ਰੂਪ ਵਿੱਚ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕੀਤੀ ਹੈ। ਉਸ ਪ੍ਰਭੂ ਪਰਮਾਤਮਾ ਨੂੰ ਮੋਹਨ ਕਹਿ ਕੇ, ਮਨ ਨੂੰ ਮੋਹ ਲੈਣ ਵਾਲਾ ਕਹਿ ਕੇ ਸਿਫਤ ਵਾਹਿਗੁਰੂ ਦੀ ਹੈ, ਤੇ ਨਾਲ ਹੀ ਮੋਹਨ ਬਾਬਾ ਮੋਹਨ ਜੀ ਦਾ ਨਾਮ ਵੀ ਹੈ। ਗੌੜੀ ਰਾਗ ਦਾ ਸ਼ਬਦ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਨ ਦੁਆਰ ਜੀਓ ਸੰਤ ਧਰਮਸਾਲਾ, ਇਹ ਸ਼ਬਦ ਗਾਵਿਆ ਉਚਾਰਨ ਕੀਤਾ ਔਰ ਇਹਦੇ ਨਾਲ ਐਸੀ ਖਿੱਚ ਬਾਬਾ ਮੋਹਨ ਜੀ ਦੇ ਮਨ ਨੂੰ ਪਾਈ ਕਿ ਉਹਨਾਂ ਦੀ ਸਮਾਧੀ ਖੁੱਲ੍ਹੀ ਸੀ। ਇਉਂ ਖਿੜਕੀ ਰਾਹੀਂ ਤਾਕੀ ਰਾਹੀਂ ਬਾਹਰ ਨੂੰ ਤੱਕਿਆ, ਦੂਸਰਾ ਪਦ ਸ਼ਬਦ ਦਾ ਉਚਾਰਨ ਕੀਤਾ, ਤੀਸਰਾ ਵੀ ਉਚਾਰਿਆ। ਬਾਬਾ ਮੋਹਨ ਜੀ ਇਉਂ ਉਹ ਪੋਥੀਆਂ ਲੈ ਕੇ ਆਪ ਜੀ ਦੇ ਸਨਮੁਖ ਹਾਜ਼ਰ ਹੋਏ। ਪਹਿਲਾਂ ਭਾਵੇਂ ਕਿ ਕੌੜੇ ਬਚਨ ਵੀ ਕਹੇ ਸਨ, ਪਰ ਉਹ ਬਚਨ ਕੇਵਲ ਪਰਖ ਵਾਲੇ ਸਨ। ਜਦੋਂ ਕੌੜੇ ਬਚਨਾਂ ਦਾ ਸਤਿਗੁਰੂ ਅਰਜਨ ਦੇਵ ਜੀ ਦੇ ਮਨ ਤੇ ਕੋਈ ਅਸਰ ਨਾ ਸੀ ਹੋਇਆ, ਬਾਬਾ ਮੋਹਨ ਜੀ ਪੋਥੀਆਂ ਲੈ ਕੇ ਹੇਠਾਂ ਉੱਤਰ ਆਏ ਸਨ ਤੇ ਗੁਰੂ ਘਰ ਦੀ ਅਮਾਨਤ ਗੁਰੂ ਕੇ ਹਵਾਲੇ ਕੀਤੀ ਸੀ। ਆਉਂਦਿਆਂ ਵੇਖ ਕੇ ਇੱਕ ਤਾਂ ਪੋਥੀਆਂ ਦਾ ਸਤਿਕਾਰ ਤੇ ਇੱਕ ਮਰਜ਼ਾਦਾ ਪੁਰਸ਼ੋਤਮ ਸਤਿਗੁਰੂ ਜੀ ਇਹ ਖਿਆਲ ਕਰਕੇ ਕਿ ਬਾਬਾ ਮੋਹਨ ਜੀ ਸਾਡੇ ਵੱਡੇ ਹਨ, ਸਾਡੇ ਮਾਮਾ ਜੀ ਹਨ, ਕਿਉਂਕਿ ਸਕੇ ਮਾਮਾ ਜੀ ਲੱਗਦੇ ਨੇ ਸਤਿਗੁਰੂ ਅਰਜਨ ਦੇਵ ਜੀ ਦੇ। ਵੱਡਿਆਂ ਦਾ ਸਤਿਕਾਰ ਕਰਨ ਵਾਸਤੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਉੱਠੇ, ਪਰ ਬਾਬਾ ਮੋਹਨ ਜੀ ਨੇ ਪੋਥੀਆਂ ਸਪੁਰਦ ਕਰਕੇ ਆਪ ਜੀ ਦੇ ਚਰਨ ਪਕੜ ਲਏ ਕਿ ਇਸੇ ਵੱਡ ਪੁਣੇ ਨੇ ਤਾਂ ਪਹਿਲਾਂ ਮੇਰਾ ਇਹ ਹਾਲ ਕੀਤਾ ਕਿ ਚਿੱਤ ਨੂੰ ਸ਼ਾਂਤੀ ਨਹੀਂ ਸੀ ਆਈ, ਹੁਣ ਮੈਨੂੰ ਆਪਣਾ ਮਾਮਾ ਸਮਝ ਕੇ ਨਹੀਂ ਬਲਕਿ ਗੁਰੂ ਕਾ ਸਿੱਖ ਸਮਝ ਕੇ ਆਪ ਜੀ ਦੇ ਚਰਨਾਂ ਦਾ ਦਾਸ ਸਮਝ ਕੇ ਮੇਰੇ ਤੇ ਕਿਰਪਾ ਕਰੋ। ਚੌਥਾ ਪਦ ਤਦੋਂ ਸ਼ਬਦ ਦਾ ਸਤਿਗੁਰੂ ਗਰੀਬ ਨਵਾਜ ਜੀ ਨੇ ਉਚਾਰਨ ਕੀਤਾ ਸੀ। ਪੋਥੀਆਂ ਲੈ ਕੇ ਸੁੰਦਰ ਪਾਲਕੀ ਸਾਹਿਬ ਵਿੱਚ ਸੁਭਾਏ ਮਾਨ ਕਰਕੇ ਔਰ ਇਉਂ ਗੁਰਸਿੱਖਾਂ ਦੇ ਮੋਢਿਆਂ ਤੇ ਪਾਲਕੀ ਚੁਕਾ ਕੇ ਆਪ ਹੱਥ ਵਿੱਚ ਚੌਰ ਦੀ ਸੇਵਾ ਨਿਭਾਉਂਦਿਆਂ ਹੋਇਆਂ ਨੰਗੇ ਚਰਣੀ ਪੈਦਲ ਚੱਲ ਕੇ ਸਤਿਗੁਰੂ ਜੀ ਨੇ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਹੁੰਦਿਆਂ ਹੋਇਆਂ ਅੰਮ੍ਰਿਤਸਰ ਸਾਹਿਬ ਵੱਲ ਨੂੰ ਚਾਲੇ ਪਾਏ ਸਨ।
ਰਸਤੇ ਦਾ ਇਤਿਹਾਸ ਵੀ ਬਹੁਤ ਲੰਬੇਰਾ ਹੈ, ਮੈਂ ਉਸ ਪਾਸੇ ਨਾ ਜਾਵਾਂ। ਅੰਮ੍ਰਿਤ ਸਰੋਵਰ ਦੇ ਕਿਨਾਰੇ ਪਹੁੰਚੇ। ਅੱਜ ਜਦੋਂ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀ ਦਾਰ ਕਰਨ ਜਾਂਦੇ ਹਾਂ ਤਾਂ ਦੁੱਖ ਭੰਜਨੀ ਬੇਰ ਸਾਹਿਬ ਦੇ ਨੇੜੇ ਜੋ ਥੜਾ ਸਾਹਿਬ ਬਣਿਆ ਹੋਇਆ ਹੈ, ਇਸ ਦਾ ਨਾਮ 68 ਘਾਟ ਤੀਰਥ ਵੀ ਹੈ, ਉੱਥੇ ਆਪਾਂ ਸੰਗਮਰਮਰ ਦੀ ਬਣੀ ਇੱਕ ਪਾਲਕੀ ਦੇ ਦਰਸ਼ਨ ਕਰਦੇ ਹਾਂ। ਇਹ ਉਹ ਅਸਥਾਨ ਹੈ, ਉਹ ਟਿਕਾਣਾ ਹੈ। ਪਾਲਕੀ ਤਾਂ ਬਣੀ ਹੈ ਉੱਥੇ ਕਿ ਉਸ ਅਸਥਾਨ ਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਉਹ ਪੋਥੀਆਂ ਵਾਲੀ ਪਾਲਕੀ ਦਾ ਉਤਾਰਾ ਕੀਤਾ ਸੀ। ਸੰਧਿਆ ਦੇ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੋਥੀਆਂ ਲੈ ਕੇ ਇੱਥੇ ਪਹੁੰਚੇ ਨੇ, ਥੜਾ ਸਾਹਿਬ ਤੇ ਉਸ ਅਸਥਾਨ ਤੇ ਪਾਲਕੀ ਦਾ ਉਤਾਰਾ ਕੀਤਾ। ਸਾਰੀ ਰਾਤ ਸ਼ਬਦ ਕੀਰਤਨ ਹੁੰਦਾ ਰਿਹਾ, ਚੌਰ ਦੀ ਸੇਵਾ ਹੁੰਦੀ ਰਹੀ। ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਦੀਵਾਨ ਸਜਿਆ। ਆਸਾ ਕੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਉਪਰੰਤ ਇਹਨਾਂ ਪੋਥੀਆਂ ਦੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਪ੍ਰਕਾਸ਼ ਕਰਕੇ ਦਰਸ਼ਨ ਦਿਦਾਰੇ ਕੀਤੇ, ਬਾਣੀ ਦੇ ਸ਼ਬਦ ਪੜ੍ਹੇ ਤੇ ਆਨੰਦ ਵਿੱਚ ਆ ਕੇ ਆਪ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਹਮ ਧਨਵੰਤ ਭਾਗਠ ਸਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ, ਰਹਾਉ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵਹਿ ਖਰਚਹਿ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ, ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਇਤ ਖਜ਼ਾਨੇ ਲਿਆ ਰਲਾਏ। ਇਉਂ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ। ਇਸ ਤੋਂ ਉਪਰੰਤ ਹੁਣ ਅੰਮ੍ਰਿਤ ਰੂਪ ਗੁਰਬਾਣੀ ਨੂੰ ਲਿਖਣ ਦਾ ਉਪਰਾਲਾ ਸਤਿਗੁਰੂ ਜੀ ਆਰੰਭ ਕਰਨ ਲੱਗੇ ਨੇ। ਸਾਰਾ ਪ੍ਰਬੰਧ ਕੀਤਾ ਗਿਆ, ਕਾਗਜ਼ ਸਿਆਹੀ ਕਲਮਾਂ ਵਗੈਰਾ ਦਾ। ਇਕਾਂਤ ਥਾਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਭਾਲਣੀ ਚਾਹੀ, ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਤਾਂ ਸੰਗਤਾਂ ਦਾ ਤਨ ਤਾਂ ਲੱਗਾ ਹੀ ਰਹਿੰਦਾ ਹੈ, ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਦਿਦਾਰਿਆਂ ਵਾਸਤੇ ਆਉਂਦੀਆਂ ਨੇ। ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਕੁਝ ਦੂਰੀ ਉੱਪਰ ਇੱਕ ਕੁਦਰਤੀ ਤਲਾਓ ਜਿਹਾ ਬਣਿਆ ਹੋਇਆ ਹੈ। ਸਤਿਗੁਰੂ ਗਰੀਬ ਨਿਵਾਸ ਜੀ ਨੇ ਉਹ ਜਗ੍ਹਾ ਪਸੰਦ ਕੀਤੀ, ਬੇਰੀਆਂ ਦਾ ਸੰਘਣਾ ਝੁੰਡ ਸੀ, ਉਸ ਤਲਾਅ ਦੀ ਸਫਾਈ ਕਰਵਾ ਕੇ ਉਹਨੂੰ ਸਰੋਵਰ ਦਾ ਰੂਪ ਦਿੱਤਾ ਤੇ ਆਪਣੀ ਮੁਬਾਰਕ ਰਸਨਾ ਤੋਂ ਉਸਦਾ ਨਾਮ ਰਾਮ ਸਰ ਰੱਖਿਆ। ਉਸ ਪ੍ਰਥਾਏ ਵੀ ਸ਼ਬਦ ਉਚਾਰਿਆ ਕਿ ਨਿਤ ਪ੍ਰਤ ਨਾਵਣ ਰਾਮ ਸਰ ਕੀਜੈ, ਝੋਲ ਮਹਾਰਸ ਹਰਿ ਅੰਮ੍ਰਿਤ ਪੀਜੈ। ਉਹ ਰਾਮ ਸਰ ਸਰੋਵਰ ਬਣਾ ਕੇ ਬੇਰੀਆਂ ਦੇ ਝੁੰਡ ਵਿੱਚ ਜਗ੍ਹਾ ਸਾਫ਼ ਕਰਵਾ ਕੇ ਉਸ ਰਾਮ ਸਰ ਸਰੋਵਰ ਦੇ ਕਿਨਾਰੇ ਤੇ ਗੁਰੂ ਗਰੀਬ ਨਿਵਾਸ ਜੀ ਨੇ ਤੰਬੂ ਲਗਵਾਇਆ ਔਰ ਇਉਂ ਗੁਰਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦੀਵਾਨ ਤੋਂ ਉਪਰੰਤ ਭਾਈ ਆਪਾਂ ਇਸ ਤੰਬੂ ਵਿੱਚ ਆਵਾਂਗੇ, ਸਾਰੀਆਂ ਸੰਗਤਾਂ ਨੂੰ ਰੋਕਿਆ ਜਾਵੇ, ਕੋਈ ਤੰਬੂ ਅੰਦਰ ਪ੍ਰਵੇਸ਼ ਨਾ ਕਰੇ। ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸਤਿਗੁਰੂ ਮਹਾਰਾਜ ਨੇ ਸੇਵਾ ਬਖਸ਼ੀ ਕਿ ਤੁਸੀਂ ਬਾਣੀ ਲਿਖਣ ਦੀ ਸੇਵਾ ਕਰੋਗੇ, ਅਸੀਂ ਲਿਖਾਵਾਂਗੇ, ਤੁਸੀਂ ਲਿਖੋਗੇ। ਇਉਂ ਕੇਵਲ ਭਾਈ ਗੁਰਦਾਸ ਜੀ ਨੂੰ ਤੰਬੂ ਵਿੱਚ ਆਉਣ ਦੀ ਆਗਿਆ ਹੈ। ਬਾਬਾ ਬਿਧੀ ਚੰਦ ਜੀ ਹੋਰੀ ਤੇ ਹੋਰ ਗੁਰੂ ਕੇ ਮੁਖੀ ਗੁਰਸਿੱਖ ਉਹ ਪਹਿਰੇ ਦੀ ਸੇਵਾ ਨਿਭਾਉਂਦੇ ਨੇ, ਨਾਲ ਹੀ ਸਾਰੀ ਸਮੱਗਰੀ ਤੰਬੂ ਵਿੱਚ ਪਹੁੰਚਾਉਣ ਦਾ ਪ੍ਰਬੰਧ ਕਰਦੇ ਨੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਲਿਖਾਉਣੀ ਆਰੰਭ ਕੀਤੀ, ਭਾਈ ਗੁਰਦਾਸ ਜੀ ਲਿਖਣ ਲੱਗੇ। ਇਉਂ ਲੰਮਾ ਸਮਾਂ ਇਹ ਕਾਰਜ ਚੱਲਿਆ ਹੈ। ਸਭ ਤੋਂ ਪਹਿਲਾਂ ਉਸ ਵੇਲੇ ਦਾ ਜੋ ਪ੍ਰਚਲਿਤ ਨਿਤਨੇਮ ਸੀ, ਸ੍ਰੀ ਜਪਜੀ ਸਾਹਿਬ, ਰਹਿਰਾਸ ਸਾਹਿਬ ਜੀ ਦੇ 5 ਸ਼ਬਦ ਤੇ ਸੋਹਲਾ ਬਾਣੀ ਜੋ ਸਤਿਗੁਰੂ ਮਹਾਰਾਜ ਦੇ ਪਹਿਲੇ 3 ਸ਼ਬਦ ਸਨ, ਪਹਿਲੇ ਪਾਤਸ਼ਾਹ ਜੀ ਦੇ 2 ਸ਼ਬਦ ਸਤਿਗੁਰੂ ਅਰਜਨ ਦੇਵ ਜੀ ਨੇ ਜੋੜੇ, ਇਹ ਬਾਣੀਆਂ ਲਿਖਵਾ ਕੇ ਫਿਰ ਅੱਗੋਂ ਰਾਗ ਬੱਧ ਬਾਣੀ ਲਿਖਾਉਣੀ ਆਰੰਭ ਕੀਤੀ।
ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤੱਕ 30 ਰਾਗਾਂ ਵਿੱਚ ਸਾਰੀ ਬਾਣੀ ਭਗਤ ਬਾਣੀ ਸਮੇਤ ਸਤਿਗੁਰੂ ਗਰੀਬ ਨਿਵਾਸ ਜੀ ਨੇ ਬੜੇ ਕਰਮਬੱਧ ਤਰੀਕੇ ਦੇ ਨਾਲ ਲਿਖਵਾਈ, ਭਾਈ ਗੁਰਦਾਸ ਜੀ ਨੇ ਲਿਖੀ। ਇਹ ਇਤਿਹਾਸ ਦੀ ਵਾਰਤਾ ਲੰਮੀ ਹੈ, ਮੈਂ ਸੰਖੇਪ ਵਿੱਚ ਬੇਨਤੀ ਕਰ ਰਿਹਾ ਤਾਂ ਕਿ ਸਮੇਂ ਦੇ ਵਿੱਚ ਮੈਂ ਆਪਣੇ ਪ੍ਰਕਰਣ ਨੂੰ ਪੂਰਿਆਂ ਕਰ ਸਕਾਂ। 30 ਰਾਗਾਂ ਤੋਂ ਉਪਰੰਤ ਥੋੜ੍ਹੀ ਜਿਹੀ ਜਗ੍ਹਾ ਛੱਡ ਕੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਫਿਰ ਅਗਲੀ ਬਾਣੀ ਲਿਖਾਉਣੀ ਆਰੰਭ ਕੀਤੀ ਹੈ। ਕਾਸ਼ੀ ਤੋਂ ਚੱਲ ਕੇ ਪੰਡਿਤ ਹਰੀ ਲਾਲ ਤੇ ਕ੍ਰਿਸ਼ਨ ਲਾਲ ਆਏ ਨੇ, ਜਿਨ੍ਹਾਂ ਦੇ ਦਾਦੇ ਗੋਪਾਲ ਦੱਤ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਕਾਸ਼ੀ ਵਿੱਚ ਪਹੁੰਚ ਕੇ ਉਹਦਾ ਵਿਦਿਆ ਦਾ ਮਾਣ ਹੰਕਾਰ ਤੋੜ ਕੇ ਸੰਸਕ੍ਰਿਤ ਅੱਖਰਾਂ ਦੇ ਵਿੱਚ ਗੁਰੂ ਗਰੀਬ ਨਿਵਾਸ ਜੀ ਨੇ ਬਾਣੀ ਸਹਿਸ ਕਿਰਤੀ ਉਚਾਰਨ ਕਰਕੇ ਉਪਦੇਸ਼ ਬਖਸ਼ਿਆ ਸੀ। ਗੁਰੂ ਕੇ ਉਹ 4 ਸ਼ਬਦ ਹਰੀ ਲਾਲ ਕ੍ਰਿਸ਼ਨ ਲਾਲ ਹੋਰੀ ਲੈ ਕੇ ਆਏ, ਮਹਾਰਾਜ ਨੇ ਉਹ ਦਰਜ ਕੀਤੇ ਤੇ ਉਹਨਾਂ ਦੇ ਬੇਨਤੀ ਕਰਨ ਤੋਂ ਕਿ ਇਸੇ ਹੀ ਤਰਜ਼ ਵਿੱਚ ਕਿਰਪਾ ਕਰਕੇ ਮਹਾਰਾਜ ਆਪ ਜੀ ਸਾਨੂੰ ਉਪਦੇਸ਼ ਬਖਸ਼ੋ, ਸਲੋਕ ਸਹਿਸ ਕਿਰਤੀ ਮਹੱਲਾ 5 ਪੰਜਵੇਂ ਪਾਤਸ਼ਾਹ ਨੇ ਉਚਾਰਨ ਕੀਤੇ। ਇੱਥੇ ਇਹ ਵੀ ਬੇਨਤੀ ਕਰਦਾ ਜਾਵਾਂ ਕਿ ਰਾਮਸਰ ਵਾਲੇ ਉਸ ਸਥਾਨ ਤੇ ਹੀ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਸੁਖਮਨੀ ਸਾਹਿਬ ਦਾ ਸੰਪੂਰਨ ਉਚਾਰਨ ਕੀਤਾ ਸੀ। ਇਉਂ ਸਹਿਸ ਕਿਰਤੀ ਸਲੋਕਾਂ ਤੋਂ ਉਪਰੰਤ ਫਿਰ 5ਵੇਂ ਪਾਤਸ਼ਾਹ ਜੀ ਦੀਆਂ ਬਾਣੀਆਂ ਫੁਨਹੇ ਅਤੇ ਚਾਓ ਬੋਲੇ, ਇਹਨਾਂ ਤੋਂ ਉਪਰੰਤ ਫਿਰ ਭਗਤ ਕਬੀਰ ਜੀ ਦੇ ਸਲੋਕ, ਭਗਤ ਫਰੀਦ ਜੀ ਦੇ ਸਲੋਕ, ਫਿਰ ਇਉਂ ਭੱਟਾਂ ਵੱਲੋਂ ਜੋ ਗੁਰੂ ਕੀ ਉਸਤਤ ਉਚਾਰਨ ਕੀਤੀ ਗਈ ਹੈ, 5 ਪਾਤਸ਼ਾਹਾਂ ਦੀ ਸਿਫਤ ਸਲਾਹ ਦੇ ਵਿੱਚ ਭੱਟਾਂ ਦੇ ਉਹ ਉਚਾਰਨ ਕੀਤੇ ਹੋਏ ਸਵਈਏ, ਤੇ ਉਸ ਤੋਂ ਉਪਰੰਤ ਜਿਹੜੇ ਸਲੋਕ ਬਾਕੀ ਦਰਜ ਕਰਨੋਂ ਅਜੇ ਬਾਕੀ ਰਹਿ ਗਏ ਸਨ ਉਹਨਾਂ ਨੂੰ ਜਿਹੜਾ ਸਰਲੇਖ ਸੀ, ਸਲੋਕ 12 ਤੇ ਵਧੀਕ ਦਾ ਨਾਮ ਦਿੱਤਾ ਗਿਆ। 12 ਤੇ ਵਧੀਕ ਤੋਂ ਭਾਵ ਕਿ 12 ਤੋਂ ਵਧੇ ਹੋਏ ਸਲੋਕ ਉਹ ਸਤਿਗੁਰੂ ਗਰੀਬ ਨਿਵਾਸ ਜੀ ਨੇ ਦਰਜ ਕੀਤੇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆ ਸੋਹੀਐ ਸਬਦਾਂ ਦਾ ਵੇ ਸਾਹ, ਇੱਥੋਂ ਤੱਕ ਸੰਪੂਰਨਤਾ ਕਰਕੇ ਸਲੋਕ 12 ਤੇ ਵਧੀਕ ਦੀ ਜਗ੍ਹਾ ਖਾਲੀ ਛੱਡ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਅੱਗੇ ਮੁੰਦਾਵਣੀ ਤੇ ਸਲੋਕ ਮਹੱਲਾ 5 ਉਚਾਰਨ ਕੀਤੇ। ਉਪਰੰਤ ਰਾਗਾਂ ਦੀ ਬੇਨਤੀ ਨੂੰ ਮੰਨ ਕੇ ਰਾਗਮਾਲਾ ਉਚਾਰਨ ਕੀਤੀ ਉਹਨਾਂ ਦੇ ਭਲੇ ਵਾਸਤੇ। ਇਉਂ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਤਿਆਰੀ ਹੋਈ। ਲਾਹੌਰ ਦੇ ਬਾਜ਼ਾਰ ਦੇ ਵਿੱਚੋਂ ਜਿਲਦ ਬੰਨਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਬੰਨੋ ਜੀ ਨੂੰ ਭੇਜਿਆ ਤੇ ਭਾਈ ਬੰਨੋ ਜੀ ਨੇ ਐਡਾ ਵੱਡਾ ਉਪਕਾਰ ਕੀਤਾ ਕਿ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਇਸ ਸਰੂਪ ਤੋਂ ਇੱਕ ਉਤਾਰਾ ਹੋਰ ਕਰ ਲਿਆ ਤੇ ਉਸ ਉਤਾਰੇ ਦੇ ਵਿੱਚ ਇਤਿਹਾਸ ਵਿੱਚੋਂ ਜਨਮ ਸਾਖੀ ਦੇ ਵਿੱਚੋਂ ਲੈ ਕੇ ਕੁਝ ਸ਼ਬਦ ਹੋਰ ਵੀ ਨਾਲ ਸੰਮਿਲਿਤ ਕਰ ਦਿੱਤੇ। ਦੋਹਾਂ ਸਰੂਪਾਂ ਦੀ ਜਿਲਦ ਬਣਾ ਕੇ ਭਾਈ ਬੰਨੋ ਜੀ ਗੁਰੂ ਕੀ ਹਜ਼ੂਰੀ ਵਿੱਚ ਲੈ ਕੇ ਆਏ। ਭਾਈ ਬੰਨੋ ਜੀ ਦੀ ਇਸ ਘਾਦਣਾ ਤੋਂ ਸਤਿਗੁਰੂ ਜੀ ਪ੍ਰਸੰਨ ਹੋਏ, ਬਹੁਤ ਬਖਸ਼ਿਸ਼ਾਂ ਕੀਤੀਆਂ, ਪਰ ਨਾਲ ਹੀ ਬਚਨ ਕੀਤਾ ਕਿ ਜਿੰਨੀ ਬਾਣੀ ਆਪਾਂ ਦਰਜ ਕੀਤੀ ਹੈ ਇਹਦੇ ਵਿੱਚ ਵਾਧਾ ਘਾਟਾ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ, ਨਾਵੇਂ ਸਰੂਪ ਵਿੱਚ ਹੋਰ ਬਾਣੀ ਉਚਾਰਨ ਕਰਾਂਗੇ ਉਹਦੇ ਲਈ ਜਗ੍ਹਾ ਛੱਡੀ ਹੈ। 10ਵੇਂ ਜਾਮੇ ਵਿੱਚ ਇਹ ਬਾਣੀ ਆਪਾਂ ਨਾਵੇਂ ਪਾਤਸ਼ਾਹ ਜੀ ਦੀ ਦਰਜ ਕਰਾਂਗੇ। ਹੋਰ ਕੋਈ ਵੀ ਸਿੱਖ ਆਪਣੇ ਵੱਲੋਂ ਕੋਈ ਸ਼ਬਦ ਤਾਂ ਕੀ, ਕੋਈ ਇੱਕ ਲਾਗ ਕੰਨਾ ਅੱਖਰ ਇਤਿਆਦਿਕ ਦੇ ਵੀ ਵਾਧ ਘਾਟ ਕਰਨ ਦਾ ਅਧਿਕਾਰੀ ਨਹੀਂ। ਇਹ ਸਤਿਗੁਰੂ ਜੀ ਨੇ ਪ੍ਰਪੱਕ ਕਰੜਾ ਹੁਕਮ ਕਰ ਦਿੱਤਾ। ਰਾਮਸਰ ਸਾਹਿਬ ਦੇ ਅਸਥਾਨ ਤੋਂ ਸਤਿਗੁਰੂ ਗਰੀਬ ਨਿਵਾਸ ਜੀ ਆਪਣੇ ਪਵਿੱਤਰ ਸੀਸ ਉੱਪਰ ਸਤਿਗੁਰੂ ਜੀ ਦਾ ਸਰੂਪ ਲੈ ਕੇ
ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਚੌਰ ਦੀ ਸੇਵਾ ਬਖਸ਼ਿਸ਼ ਕਰਕੇ ਇੱਕ ਭਾਰੀ ਨਗਰ ਕੀਰਤਨ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਸ਼ਾਨੋ ਸ਼ੌਕਤ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਸੀ ਤੇ ਭਾਦਰੋਂ ਸੁਦੀ ਏਕਮ ਸੰਮਤ 1661 ਬਿਕਰਮੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਤਿਆਰ ਹੋਏ ਪਰਮ ਪਵਿੱਤਰ ਸਰੂਪ ਦਾ ਪਹਿਲੀ ਵੇਰ ਪ੍ਰਕਾਸ਼ ਕੀਤਾ ਗਿਆ। ਇਹ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਨਾਮ ਤੇ ਮਨਾਇਆ ਜਾਂਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਸੇਵਾ ਪ੍ਰਾਪਤ ਹੋਈ ਔਰ ਪਹਿਲਾ ਹੁਕਮਨਾਮਾ ਆਇਆ ਸੀ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਉਂ ਪ੍ਰਥਮ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਇਆ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨੀ ਡਿਉੜੀ ਦੇ ਗੇਟ ਤੋਂ ਬਾਹਰ ਵਾਰ ਸਤਿਗੁਰੂ ਜੀ ਦਾ ਆਪਣਾ ਨਿਵਾਸ ਸਥਾਨ ਸੀ, ਜਿਸ ਨੂੰ ਗੁਰੂ ਕੀ ਕੋਠੜੀ ਕਹਿੰਦੇ ਸਨ, ਸਤਿਕਾਰ ਨਾਲ ਕੋਠੜੀ ਸਾਹਿਬ ਵੀ ਕਹਿੰਦੇ ਸਨ, ਔਰ ਫਿਰ ਸੰਗਤਾਂ ਅੱਜ ਉਸ ਨੂੰ ਕੋਠਾ ਸਾਹਿਬ ਦੇ ਨਾਮ ਨਾਲ ਯਾਦ ਕਰਦੀਆਂ। ਉੱਥੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਆਪ ਰਾਤਰੀ ਵਿਸ਼ਰਾਮ ਕਰਿਆ ਕਰਦੇ ਸਨ। ਉੱਥੇ ਪਲੰਘੇ ਉੱਪਰ ਰਾਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਸੁਖਾਸਨ ਮਹਾਰਾਜ ਨੇ ਕਰਵਾਇਆ ਤੇ ਆਪ ਉਸ ਪਲੰਘੇ ਦੇ ਹੇਠਾਂ ਧਰਤੀ ਤੇ ਚਾਦਰ ਵਿਛਾ ਕੇ ਭੂਮ ਆਸਣ ਹੀ ਮਹਾਰਾਜ ਨੇ ਕੀਤਾ। ਇਹ ਪਰੰਪਰਾ ਉਦੋਂ ਤੋਂ ਸਤਿਗੁਰਾਂ ਨੇ ਪੱਕੀ ਹੀ ਜਿਹੜੀ ਸੀ ਇਹ ਅਪਣਾ ਲਈ। ਸੋ ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਵੱਡਾ ਅਦਬ ਸਤਿਕਾਰ ਪੰਚਮ ਪਾਤਸ਼ਾਹ ਨੇ ਆਪ ਕੀਤਾ। ਸਿੱਖਾਂ ਦੇ ਪੁੱਛਣ ਤੋਂ ਕਿ ਮਹਾਰਾਜ ਗੁਰਤਾ ਦੇ ਮਾਲਕ ਤਾਂ ਆਪ ਜੀ ਖੁਦ ਹੋ, ਆਪ ਜੀ ਨੂੰ ਸਤਿਕਾਰ ਦਾ ਇੰਨਾ ਉਚੇਚ ਕਰਨ ਦੀ ਕੀ ਲੋੜ ਹੈ, ਇਹਦੇ ਵਿੱਚ ਕੀ ਭੇਦ ਹੈ, ਤਾਂ ਮਹਾਰਾਜ ਨੇ ਬਚਨ ਕੀਤੇ ਸੀ, ਗੁਰਸਿੱਖੋ ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸਾ ਹੈ, ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉੱਤਮ ਹੈ ਸਦਕਾਲ ਰਹੇ ਹੈ, ਮੇਰੋ ਸਰੂਪ ਤੇ ਜਾਤੇ ਹੈ ਦੀਰਘ ਸਾਹਿਬ ਜਾਨ ਅਦਾਇਬ ਕਾ ਹੈ, ਪੂਜਹ ਚੰਦਨ ਕੇਸਰ ਕੋ ਘਸ ਧੂਪ ਤੁਖਾਏ ਸੋ ਫੂਲ ਚੜੈ ਹੈ। ਗੁਰਸਿੱਖੋ ਇਹ ਜਿਹੜਾ ਸਾਡਾ ਸਰੀਰਕ ਰੂਪ ਹੈ ਨਾ, ਸਾਰੀਆਂ ਥਾਵਾਂ ਤੇ ਸਾਰਿਆਂ ਸਮਿਆਂ ਵਿੱਚ ਇਹਦੇ ਦਰਸ਼ਨ ਸੰਭਵ ਨਹੀਂ, ਪਰ ਸਮਾਂ ਆਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੁੱਲ ਸੰਸਾਰ ਦੇ ਵਿੱਚ ਹੋਣਗੇ, ਹਰ ਵਕਤ ਹਰ ਜਗ੍ਹਾ ਗੁਰੂ ਕੇ ਦਰਸ਼ਨ ਜੋ ਨੇ ਇਹ ਪ੍ਰਾਪਤ ਹੋ ਸਕਣਗੇ। ਦੂਸਰੀ ਗੱਲ, ਸਾਡਾ ਸਰੀਰਕ ਰੂਪ ਸਦਾ ਕਾਇਮ ਰਹਿਣ ਵਾਲਾ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਕਾਇਮ ਰਹਿਣਗੇ। ਇਸ ਲਈ ਸਾਡੇ ਸਰੀਰਕ ਰੂਪ ਨਾਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤੀ ਵੱਡੀ ਮਹਾਨਤਾ ਹੈ। ਇਹਨਾਂ ਨੂੰ ਆਪਣੇ ਮਾਲਕ ਜਾਣ ਕੇ ਪੂਜਾ ਕਰਨੀ, ਧੂਪ ਤਖਾਓ, ਕੇਸਰ ਛਿੜਕੋ, ਔਰ ਇਸੇ ਪ੍ਰਕਾਰ ਤਰ੍ਹਾਂ ਤਰ੍ਹਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਰੋ। ਇਹ ਸਿੱਖਿਆ ਪੰਚਮ ਪਾਤਸ਼ਾਹ ਨੇ ਆਪ ਦਿੱਤੀ ਹੈ। ਸਮਾਂ ਆਪਣੀ ਚਾਲ ਚੱਲਿਆ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਤਾ ਦੇ ਸਿੰਘਾਸਣ ਤੇ ਸੁਭਾਏ ਮਾਨ ਹੋਏ। ਉਦੋਂ ਆਪ ਜੀ ਨੇ 9 ਵਾਰਾਂ ਦੇ ਨਾਲ ਧੁਨਾਂ ਸ਼ਾਮਿਲ ਕੀਤੀਆਂ ਨੇ, ਔਰ ਪ੍ਰਾਤਨ ਚੱਲੀ ਆ ਰਹੀ ਪਰੰਪਰਾ ਦੇ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਤਖ਼ਤ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਪ੍ਰਕਾਸ਼ ਹੀ ਹੁੰਦਾ ਰਿਹਾ। ਸਤਿਗੁਰੂ ਜੀ ਆਪ ਸ੍ਰੀ ਹਰਿਮੰਦਰ ਸਾਹਿਬ ਅੰਦਰ ਕਦੇ ਸਿੰਘਾਸਣ ਲਾ ਕੇ ਨਹੀਂ ਸੀ ਬੈਠੇ। ਅਕਾਲ ਤਖ਼ਤ ਦੀ ਸਿਰਜਣਾ ਕਰਕੇ 6ਵੇਂ ਪਾਤਸ਼ਾਹ ਉੱਥੇ ਤਖ਼ਤ ਤੇ ਸੁਭਾਏਮਾਨ ਹੁੰਦੇ ਰਹੇ ਨੇ, ਤੇ ਇਉਂ ਜਿੱਥੇ ਜਿੱਥੇ ਵੀ ਸਤਿਗੁਰੂ ਜੀ ਜਾਂਦੇ ਰਹੇ, ਗੁਰਬਾਣੀ ਦੇ ਅਦਬ ਸਤਿਕਾਰ ਦੀ ਪ੍ਰੇਰਣਾ ਤੇ ਸਿੱਖਿਆ ਦਿੰਦੇ ਰਹੇ। 7ਵੇਂ ਪਾਤਸ਼ਾਹ ਜੀ ਨੇ ਤਾਂ ਇੱਥੋਂ ਤੱਕ ਬਚਨ ਕੀਤੇ ਸਨ ਕਿ ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਣ ਹੋ ਸੋ ਸਿੱਖ ਨਹੀਂ ਹਮਾਰਾ। ਜਿਸ ਨੇ ਬਾਣੀ ਦਾ ਅਦਬ ਸਤਿਕਾਰ ਨਹੀਂ ਕੀਤਾ ਉਹ ਸਾਡਾ ਸਿੱਖ ਹੀ ਨਹੀਂ। ਇਹ ਸਤਿਗੁਰੂ ਮਹਾਰਾਜ 7ਵੇਂ ਪਾਤਸ਼ਾਹ ਦੇ ਬਚਨ ਨੇ। 8ਵੇਂ ਪਾਤਸ਼ਾਹ ਜੀ ਨੇ ਵੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਵਿੱਖਤ ਦੱਸ ਦਿੱਤਾ ਸੀ
ਕਿ ਗੁਰੂ ਗ੍ਰੰਥ ਸਾਹਿਬ ਸਭ ਕੇਰਾ ਜੋ ਹਮਰੋ ਚਹਿ ਦਰਸ਼ਨ ਹੇਰਾ ਸੋ ਸ਼ਰਧਾ ਤਰ ਹੇਰਨ ਕਰੈ ਪਾਪਨ ਗਨ ਕੋ ਤਤ ਛਿਨ ਹਰੈ। ਸੋ ਇਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ੇਸ਼ ਅਦਬ ਸਤਿਕਾਰ ਸਤਿਗੁਰੂ ਸਾਹਿਬਾਨ ਆਪ ਕਰਦੇ ਰਹੇ ਨੇ। ਨਵੇਂ ਪਾਤਸ਼ਾਹ ਦਾ ਸਮਾਂ ਹੈ। ਗੁਰੂ ਗਰੀਬ ਨਿਵਾਸ ਜੀ ਨੇ ਵੈਰਾਗਮਈ ਬਾਣੀ ਉਚਾਰਨ ਕੀਤੀ ਔਰ ਉਹਨਾਂ ਉਚਾਰਨ ਕੀਤੀ ਹੋਈ ਗੁਰੂ ਕੀ ਬਾਣੀ ਦੇ ਸ਼ਬਦਾਂ ਨੂੰ ਲਿਖਤੀ ਰੂਪ ਵਿੱਚ ਸੰਭਾਲਿਆ ਵੀ ਗਿਆ। ਦਸਮ ਪਾਤਸ਼ਾਹ ਦਾ ਸਮਾਂ ਜਦੋਂ ਆਉਂਦਾ ਹੈ, ਆਪਾਂ ਜਾਣਦੇ ਹਾਂ ਕਿ ਨਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਉਪਰੰਤ ਦਸਮ ਪਾਤਸ਼ਾਹ ਜੀ ਨੇ ਜ਼ੁਲਮ ਵਿਰੁੱਧ ਖੰਡਾ ਖੜਕਾਉਣਾ ਆਰੰਭ ਕੀਤਾ ਹੈ। ਜ਼ਿਆਦਾ ਸਮਾਂ ਜਿਹੜਾ ਸੀ ਜੰਗਾਂ ਯੁੱਧਾਂ ਵਿੱਚ ਬੀਤਿਆ। ਭਾਵੇਂ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਦੀ ਉੱਤਮ ਵਿਚਾਰਧਾਰਾ ਦੇ ਪ੍ਰਸਾਰ ਪ੍ਰਚਾਰ ਵਿੱਚ ਕੋਈ ਕਮੀ ਨਹੀਂ ਆਈ, ਸਗੋਂ ਵਾਧਾ ਹੀ ਹੋਇਆ ਸੀ। ਤੇ ਹੁਣ ਮਾਹੌਲ ਬਣਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਮੁੜ ਤੋਂ ਸੰਪਾਦਨਾ ਕੀਤੇ ਜਾਣ ਦਾ। ਆਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਹੈ। ਗੁਰਸਿੱਖ ਸੰਗਤਾਂ ਬੜੇ ਪ੍ਰੇਮ ਨਾਲ ਅੰਮ੍ਰਿਤ ਰੂਪ ਗੁਰਬਾਣੀ ਪੜ੍ਹਦੀਆਂ ਨੇ। ਪੰਜ ਬਾਣੀਆਂ ਦਾ ਨਿਤਨੇਮ ਖਾਲਸਾ ਪੰਥ ਦੀ ਸਿਰਜਣਾ ਤੋਂ ਉਪਰੰਤ ਸਤਿਗੁਰੂ ਜੀ ਨੇ ਗੁਰਸਿੱਖ ਦਾ ਅੰਮ੍ਰਿਤ ਵੇਲੇ ਦਾ ਪਰਪੱਕ ਤੌਰ 'ਤੇ ਬਖਸ਼ਿਆ। ਜਪ ਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪਈ, ਆਨੰਦ ਸਾਹਿਬ, ਇਹਨਾਂ ਪੰਜ ਬਾਣੀਆਂ ਦਾ ਅੰਮ੍ਰਿਤ ਵੇਲੇ ਇਸ਼ਨਾਨ ਉਪਰੰਤ ਹਰ ਗੁਰੂ ਕਾ ਸਿੱਖ ਜ਼ਰੂਰੀ ਤੌਰ 'ਤੇ ਪਾਠ ਕਰੇ। ਸ਼ਾਮ ਨੂੰ ਸੂਰਜ ਡੁੱਬਣ ਦੇ ਵਕਤ ਰਹਿਰਾਸ ਸਾਹਿਬ ਜੀ ਦਾ ਪਾਠ, ਰਾਤ ਨੂੰ ਸੌਣ ਲੱਗਿਆਂ ਸੋਹਿਲਾ ਬਾਣੀ ਦਾ ਪਾਠ ਕਰਨਾ, ਇਹ ਗੁਰੂ ਮਹਾਰਾਜ ਨੇ ਘੱਟ ਤੋਂ ਘੱਟ ਮਰਯਾਦਾ ਪ੍ਰਪੱਕ ਕੀਤੀ ਹੈ। ਇਹਦੇ ਤੋਂ ਇਲਾਵਾ ਗੁਰਬਾਣੀ ਦੀਆਂ ਪ੍ਰੇਮੀ ਸੰਗਤਾਂ ਦਾ ਜੋ ਪੰਜ ਗ੍ਰੰਥੀ ਦਾ ਨਿਤਨੇਮ ਹੈ, ਉਹਦੇ ਵਿੱਚ ਜੋ ਬਾਣੀਆਂ ਸ਼ਾਮਿਲ ਨੇ, ਬਾਰਹ ਮਾਹਾ, ਮਾਝ ਮਹੱਲਾ ਪੰਜਵਾਂ, ਸੁਖਮਨੀ ਸਾਹਿਬ, ਆਸਾ ਕੀ ਵਾਰ, ਔਰ ਇਸੇ ਪ੍ਰਕਾਰ ਦੱਖਣੀ ਓਅੰਕਾਰ, ਸਿੱਧ ਗੋਸ਼ਟ, ਬਾਵਨ ਅਖਰੀ ਇਤਿਹਾਦਕ ਬਾਣੀਆਂ ਪੰਜ ਗ੍ਰੰਥੀ ਦੇ ਵਿੱਚ ਸੰਮਿਲਿਤ ਨੇ। ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਮਹਿਲਾਂ ਦੇ ਵਿਖੇ ਅੰਮ੍ਰਿਤ ਵੇਲੇ ਦੇ ਇਸ਼ਨਾਨ ਉਪਰੰਤ ਸਿਮਰਨ ਅਭਿਆਸ ਵਿੱਚ ਬੰਦਗੀ ਵਿੱਚ ਜੁੜੇ ਹੋਏ ਨੇ। ਉੱਧਰ ਗੁਰੂ ਕੇ ਸਿੱਖ ਵੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬਾਣੀ ਪੜ੍ਹ ਰਹੇ ਨੇ। ਇੱਕ ਗੁਰੂ ਕਾ ਪਿਆਰਾ ਸਿੱਖ ਰੋਜ਼ ਦੀ ਤਰ੍ਹਾਂ ਬਾਣੀ ਪੜ੍ਹਨ ਵਿੱਚ ਲੀਨ ਹੋਇਆ, ਮਨ ਵਿੱਚ ਬੜਾ ਪ੍ਰੇਮ ਹੈ, ਪੰਜ ਬਾਣੀਆਂ ਦਾ ਨਿਤਨੇਮ ਕੀਤਾ, ਉਪਰੰਤ ਹੋਰ ਬਾਣੀਆਂ ਪੜ੍ਹਨੀਆਂ, ਪੰਜ ਗ੍ਰੰਥੀ ਦਾ ਪਾਠ ਕਰਨਾ ਆਰੰਭ ਕੀਤਾ ਹੈ। ਜਦੋਂ ਬਾਣੀ ਪੜ੍ਹਦਿਆਂ ਗੁਰਸਿੱਖ ਪਿਆਰਾ ਦੱਖਣੀ ਓਅੰਕਾਰ ਬਾਣੀ ਤੇ ਪਹੁੰਚਿਆ, ਉਦੋਂ ਤੱਕ ਤਕਰੀਬਨ ਉਸ ਦੀ ਆਵਾਜ਼ ਬਹੁਤ ਉੱਚੀ ਗੂੰਜਣ ਲੱਗ ਪਈ ਹੈ ਤੇ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ। ਸਤਿਗੁਰੂ ਗਰੀਬ ਨਿਵਾਸ ਜੀ ਤੱਕ ਵੀ ਉਹ ਆਵਾਜ਼ ਪਹੁੰਚ ਰਹੀ ਹੈ ਕਿ ਇੰਨੇ ਪ੍ਰੇਮ ਵਿੱਚ ਗੁਰੂ ਕਾ ਸਿੱਖ ਬਾਣੀ ਪੜ੍ਹ ਰਿਹਾ, ਸਤਿਗੁਰੂ ਗਰੀਬ ਨਿਵਾਸ ਜੀ ਵੀ ਇਕਾਗਰਚਿਤ ਹੋ ਕੇ ਸੁਣਨ ਲੱਗ ਪਏ ਨੇ। ਜਦੋਂ ਹੁਣ ਇਹ ਬਾਣੀ ਦੱਖਣੀ ਓਅੰਕਾਰ ਦਾ ਪਾਠ ਆਰੰਭਿਆ, ਇਸ ਦੇ ਵਿੱਚ ਪੰਗਤੀ ਆਉਂਦੀ ਹੈ, ਕਰਤੇ ਕੀ ਮਿਤ ਕਰਤਾ ਜਾਣੈ ਕੈ ਜਾਣੈ ਗੁਰਸੂਰਾ। ਤੇ ਗੁਰਸਿੱਖ ਜਿਵੇਂ ਕਿ ਅੱਜ ਵੀ ਆਪਾਂ ਵੇਖਦੇ ਹਾਂ, ਕਈਆਂ ਦਾ ਸੁਭਾਅ ਹੈ ਕਿ ਦੁਲਾਵਾਂ ਦਾ ਉਚਾਰਨ ਉਹ ਸਹੀ ਨਹੀਂ ਕਰਦੇ, ਦੁਲਾਵਾਂ ਦੀ ਜਗ੍ਹਾ ਤੇ ਇੱਕ ਲਾਮ ਦਾ ਹੀ ਉਚਾਰਨ ਕਰ ਜਾਂਦੇ ਨੇ। ਕਰੈ ਦੀ ਜਗ੍ਹਾ ਤੇ ਕਰੇ ਪੜ ਜਾਣਾ, ਦੇਖੈ ਦੀ ਜਗ੍ਹਾ ਤੇ ਦੇਖੇ ਪੜ ਜਾਣਾ, ਇਉਂ ਬਹੁਤੀ ਅਣਗਹਿਲੀ ਅੱਜ ਵੀ ਸਾਡੇ ਵਿੱਚ ਜਿਹੜੀ ਹੈ ਉਹ ਦੇਖਣ ਵਿੱਚ ਆਉਂਦੀ ਹੈ। ਪਾਠ ਸੀ ਕੈ ਜਾਣੇ ਗੁਰਸੂਰਾ, ਪਰ ਗੁਰਸਿੱਖ ਨੇ ਕੈ ਦੀ ਜਗ੍ਹਾ ਤੇ ਕੇ ਪੜਿਆ, ਕੇ ਜਾਣੇ ਗੁਰਸੂਰਾ। ਜਦੋਂ ਦਸਮ ਪਾਤਸ਼ਾਹੀ ਨੇ ਸਰਵਣ ਕੀਤਾ, ਉੱਥੋਂ ਹੀ ਉੱਚੀ ਆਵਾਜ਼ ਲਗਾਈ, ਗੁਰਸਿੱਖਾ ਗੁਰੂ ਕੀ ਬਾਣੀ ਸੋਧ ਕੇ ਪੜ, ਸ਼ੁੱਧ ਪੜ। ਪਰ ਪ੍ਰੇਮ ਵਿੱਚ ਮਗਨ ਹੋਏ ਗੁਰਸਿੱਖ ਨੂੰ ਉਹ ਆਵਾਜ਼ ਜਿਹੜੀ ਸੀ ਉਹਨੇ ਖਿਆਲ ਨਾ ਕੀਤਾ। ਦੋ ਤਿੰਨ ਆਵਾਜ਼ਾਂ ਮਾਰਨ ਤੋਂ ਵੀ ਜਦੋਂ ਸਿੱਖ ਨੇ ਖਿਆਲ ਨਾ ਕੀਤਾ, ਆਪਣੇ ਪ੍ਰੇਮ ਵਿੱਚ ਮਗਨ ਬਾਣੀ ਪੜੀ ਗਿਆ, ਸਤਿਗੁਰੂ ਜੀ ਨੇ ਹਜ਼ੂਰੀ ਸੇਵਾਦਾਰ ਨੂੰ ਭੇਜਿਆ ਕਿ ਇਹਨੂੰ ਚਪੇੜਾ ਮਾਰ, ਇੱਥੋਂ ਉਠਾ ਕੇ ਪਾਸੇ ਬਿਠਾ ਦਿਓ।
ਗੁਰਸਿੱਖ ਗਿਆ ਗੁਰੂ ਕੇ ਹੁਕਮ ਦੀ ਤਾਮੀਦ ਕੀਤੀ। ਬਾਣੀ ਪੜ੍ਹ ਰਹੇ ਉਸ ਸਿੱਖ ਨੂੰ ਚਾਂਟਾ ਰਸੀਦ ਕੀਤਾ, ਉੱਥੋਂ ਉਠਾਇਆ ਤੇ ਦੂਰ ਜਾ ਕੇ ਬਿਠਾ ਦਿੱਤਾ। ਰੋਸ ਦਾ ਭਰਿਆ ਹੋਇਆ ਸਿੱਖ ਕਲਗੀਧਰ ਪਾਤਸ਼ਾਹ ਦੇ ਸਜੇ ਹੋਏ ਦੀਵਾਨ ਵਿੱਚ ਆਇਆ, ਹੱਥ ਜੋੜ ਬੇਨਤੀ ਕੀਤੀ, ਮਹਾਰਾਜ ਅੱਜ ਤੱਕ ਤਾਂ ਇਹੀ ਸਿੱਖਿਆ ਸਾਨੂੰ ਮਿਲਦੀ ਆਈ ਹੈ ਕਿ ਗੁਰੂ ਕੀ ਬਾਣੀ ਪੜ੍ਹਨ ਦੇ ਨਾਲ ਜਮਾਂ ਦੀ ਮਾਰ ਤੋਂ ਬਚ ਜਾਈਦਾ। ਮਹਾਰਾਜ ਜਮਾਂ ਦੀ ਮਾਰ ਤੋਂ ਕਿਵੇਂ ਬਚਾਂਗੇ, ਜੇ ਤੁਹਾਡੀ ਹਜ਼ੂਰੀ ਵਿੱਚ ਹੀ ਬਾਣੀ ਪੜ੍ਹਦਿਆਂ ਮਾਰ ਪੈਣੀ ਹੈ ਤਾਂ ਤੁਹਾਡੇ ਡਿਉੜੀਦਾਰ ਨੇ ਮੈਨੂੰ ਚਪੇੜਾਂ ਮਾਰੀਆਂ ਨੇ। ਮਹਾਰਾਜ ਬਚਨ ਕਰਨ ਲੱਗੇ, ਸਿੰਘਾ ਤੈਨੂੰ ਇੱਕ ਦੋ ਵੱਜੀਆਂ ਚਪੇੜਾਂ ਦਾ ਤਾਂ ਬੜਾ ਦੁੱਖ ਹੋਇਆ, ਮਨ ਵਿੱਚ ਰੋਸ ਵੀ ਆਇਆ, ਤੂੰ ਸਾਡੇ ਅੰਗ ਤੋੜ ਰਿਹਾ, ਸਾਡੇ ਅੰਗ ਪਿਆ ਮਰੋੜਦਾ ਸਾਂ, ਸਾਨੂੰ ਨਾ ਕੋਈ ਦਰਦ ਹੋਇਆ, ਕੋਈ ਦੁੱਖ ਨਾ ਆਇਆ। ਸਤਿਗੁਰੂ ਜੀ ਦਾ ਇਹ ਹੈਰਾਨੀਜਨਕ ਬਚਨ ਜਦੋਂ ਸੁਣਿਆ ਸਿੱਖ ਹੈਰਾਨ ਹੋਇਆ, ਕੁਝ ਮੱਠਾ ਢਿੱਲਾ ਵੀ ਪਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਥੋਂ ਕੀ ਅਵੱਗਿਆ ਹੋ ਗਈ। ਮਹਾਰਾਜ ਨੇ ਪੰਗਤੀ ਪੜੀ, ਕਰਤੇ ਕੀ ਮਿਤ ਕਰਤਾ ਜਾਣਾ, ਇਸ ਪੰਗਤੀ ਦਾ ਪਾਠ ਕਰਕੇ ਸੁਣਾ। ਹੁਣ ਕਿਉਂਕਿ ਗਲਤ ਉਚਾਰਨ ਰਸਨਾ ਤੇ ਪੱਕਿਆ ਹੋਇਆ ਸੀ, ਸਿੱਖ ਨੇ ਇੱਥੇ ਵੀ ਕੈ ਜਾਣੇ ਦੀ ਜਗ੍ਹਾ ਤੇ ਕੇ ਜਾਣੇ ਪੜਿਆ। ਤੇ ਹੁਣ ਸਤਿਗੁਰੂ ਨੇ ਸਮਝਾਇਆ, ਗੁਰਸਿੱਖਾ ਦੇਖ, ਥੋੜੀ ਜਿਹੀ ਗਲਤੀ ਹੈ ਵੇਖਣ ਸੁਣਨ ਵਿੱਚ, ਪਰ ਗਲਤੀ ਬੜੀ ਵੱਡੀ। ਅਰਥਾਂ ਵਿੱਚ ਤਬਦੀਲੀ ਤੇ ਅਰਥ ਦਾ ਅਨਰਥ ਬਿਲਕੁਲ ਉਲਟ ਅਰਥ ਹੋ ਜਾਂਦਾ। ਕੈ ਦਾ ਅਰਥ ਹੈ ਜਾਂ ਤੇ ਕੇ ਦਾ ਅਰਥ ਹੈ ਕੀ। ਕਰਤੇ ਕੀਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ, ਇਹਦਾ ਭਾਵ ਇਹ ਹੈ ਕਿ ਕਰਤੇ ਅਕਾਲ ਪੁਰਖ ਦੀ ਮਿਤ ਮਰਜ਼ਾਦਾ ਵਡਿਆਈ ਨੂੰ ਕਰਤਾ ਪੁਰਖ ਵਾਹਿਗੁਰੂ ਹੀ ਜਾਣਦਾ ਹੈ, ਤੇ ਜਾਂ ਉਸ ਪਰਮਾਤਮਾ ਦਾ ਸਰੂਪ ਜੋ ਗੁਰੂ ਸੂਰਮਾ ਹੈ ਉਹ ਜਾਣਦਾ ਹੈ, ਕਿਉਂਕਿ ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਤੇ ਪਰਮੇਸ਼ਰ ਇੱਕੋ ਹੀ ਨੇ। ਵਾਹਿਗੁਰੂ ਦੀ ਮਿਤ ਮਰਜ਼ਾਦਾ ਨੂੰ ਵਾਹਿਗੁਰੂ ਜਾਣਦਾ ਤੇ ਜਾਂ ਸਤਿਗੁਰੂ ਜੀ ਜਾਣਦੇ ਨੇ, ਹੋਰ ਨਹੀਂ ਕੋਈ ਜਾਣਦਾ। ਜਿਹੜਾ ਤੂੰ ਪੜਿਆ ਕੇ ਜਾਣੇ ਗੁਰਸੂਰਾ, ਇਹਦਾ ਮਤਲਬ ਇਹ ਬਣ ਗਿਆ ਕਿ ਵਾਹਿਗੁਰੂ ਦੀ ਵਡਿਆਈ ਨੂੰ ਵਾਹਿਗੁਰੂ ਹੀ ਜਾਣਦਾ, ਗੁਰੂ ਕੀ ਜਾਣਦਾ। ਕੀ ਜਾਣਦਾ ਦਾ ਮਤਲਬ ਕਿ ਕੁਝ ਨਹੀਂ ਜਾਣਦਾ। ਜੇ ਗੁਰੂ ਨਹੀਂ ਜਾਣਦਾ ਤੇ ਗੁਰੂ ਸਿੱਖ ਨੂੰ ਕੀ ਗਿਆਨ ਦੇਵੇਗਾ, ਕੀ ਸੋਝੀ ਕਰਾਵੇਗਾ। ਇਸ ਲਈ ਮਹਾਰਾਜ ਨੇ ਬਚਨ ਕੀਤੇ, ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰਕੇਰੀ। ਲਗਾਂ ਮਾਤਰਾ ਦਾ ਖਿਆਲ ਰੱਖ ਕੇ ਗੁਰੂ ਕੀ ਬਾਣੀ ਸ਼ੁੱਧ ਪੜਿਆ ਕਰੋ। ਸਿੰਘ ਨੇ ਖਿਮਾ ਮੰਗੀ, ਭੁੱਲ ਬਖਸ਼ਾਈ। ਮੌਕਾ ਵੇਖ ਕੇ ਉਸੇ ਵਕਤ ਹੀ ਭਾਈ ਦਇਆ ਸਿੰਘ ਜੀ ਇਤਿਹਾਦਕ ਮੁਖੀ ਗੁਰਸਿੱਖ ਗੁਰ ਚਰਨਾਂ ਵਿੱਚ ਬੇਨਤੀ ਕਰਦੇ ਨੇ, ਸਤਿਗੁਰੂ ਜੀ ਸੰਸਾਰਕ ਜੀਵ ਆਪਾਂ ਥੋੜੀ ਮਤ ਵਾਲੇ ਹਾਂ, ਭੁੱਲਣ ਹਾਰ ਹਾਂ, ਗੁਰਬਾਣੀ ਦੇ ਗੁਹਜ ਭਾਵਾਂ ਨੂੰ ਅਰਥਾਂ ਨੂੰ ਸਮਝ ਨਹੀਂ ਸਕਦੇ, ਜਾਣ ਨਹੀਂ ਸਕਦੇ। ਮਹਾਰਾਜ ਐਸਾ ਕੋਈ ਉੱਦਮ ਉਪਰਾਲਾ ਆਪ ਜੀ ਪੰਥ ਤੇ ਕਿਰਪਾ ਕਰੋ ਕਿ ਸ਼ੁੱਧ ਅੰਮ੍ਰਿਤ ਰੂਪ ਗੁਰਬਾਣੀ ਦੇ ਪਾਠ ਦੀ ਸੰਥਿਆ ਕਰਵਾਓ, ਬਾਣੀ ਦੇ ਅਰਥ ਪੜਾਓ, ਤਾਂ ਕਿ ਅਰਥ ਵਿਚਾਰ ਦੀ ਸਾਨੂੰ ਸਮਝ ਪਵੇ, ਗੁਰਬਾਣੀ ਦੇ ਸ਼ੁੱਧ ਉਚਾਰਨ ਤੋਂ ਆਪਾਂ ਜਾਣੂ ਹੋ ਸਕੀਏ ਤੇ ਗੁਰੂ ਕੀ ਬਾਣੀ ਦਾ ਪਾਠ ਸ਼ੁੱਧ ਕਰ ਸਕੀਏ। ਸਤਿਗੁਰਾਂ ਨੇ ਬਚਨ ਕੀਤਾ, ਖਾਲਸਾ ਜੀ ਜੇ ਹੁਣ ਇਹ ਕਾਰਜ ਆਰੰਭ ਕਰ ਲਈਏ ਨੇਪਰੇ ਨਹੀਂ ਚੜੇਗਾ, ਕਿਉਂਕਿ ਜੰਗਾਂ ਯੁੱਧਾਂ ਦਾ ਸਮਾਂ ਹੈ। ਜਦੋਂ ਇਹਨਾਂ ਜੰਗਾਂ ਯੁੱਧਾਂ ਤੋਂ ਵਿਹਲੇ ਹੋਏ ਤਾਂ ਇਹ ਕਾਰਜ ਜ਼ਰੂਰ ਬਰ ਜ਼ਰੂਰ ਕਰਾਂਗੇ। ਸਤਿ ਬਚਨ ਕਿਹਾ ਸਿੰਘਾਂ ਨੇ, ਸਮਾਂ ਆਇਆ, ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਿਆ। ਸਤਿਗੁਰੂ ਗਰੀਬ ਨਿਵਾਸ ਜੀ ਨੇ ਲੰਮੇ ਘੇਰੇ ਤੋਂ ਬਾਅਦ ਅਨੰਦਪੁਰ ਸਾਹਿਬ ਨੂੰ ਛੱਡਿਆ। ਸਰਸਾ ਨਦੀ ਕਿਨਾਰੇ ਦਾ ਜੰਗ, ਪਰਿਵਾਰ ਵਿਛੋੜਾ, ਔਰ ਚਮਕੌਰ ਵਿੱਚ ਵੱਡੇ ਸਾਹਿਬਜ਼ਾਦਿਆਂ ਤੇ ਗੁਰੂ ਕੇ ਪਿਆਰਿਆਂ ਸਮੇਤ ਸਿੰਘਾਂ ਦੀ ਸ਼ਹੀਦੀ, ਸਰਹੰਦ ਵਿੱਚ ਮਾਤਾ ਜੀ ਦੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਗੁਰੂ ਗਰੀਬ ਨਿਵਾਸ ਜੀ ਦਾ ਆਪ ਮਾਛੀਵਾੜੇ ਦੀ ਧਰਤੀ ਤੇ ਪਹੁੰਚਣਾ, ਔਰ ਫਿਰ ਉੱਥੋਂ ਨਬੀ ਖਾਂ ਗਨੀ ਖਾਂ ਨੂੰ ਸੇਵਾ ਬਖਸ਼ਿਸ਼ ਕਰਦਿਆਂ ਉੱਚ ਦੇ ਪੀਰ ਬਣ ਕੇ ਆਲਮਗੀਰ ਵਿਖੇ ਆਉਣਾ, ਇੱਥੋਂ ਭਾਈ ਨਗਾਈਆ ਸਿੰਘ ਦਾ ਭੇਟਾ ਕੀਤਾ ਹੋਇਆ ਘੋੜਾ ਉਹਦੇ ਉੱਪਰ ਸਵਾਰ ਹੋ ਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਉਣੇ,
ਔਰ ਥਾਂ ਪਰ ਥਾਂ ਹੁੰਦਿਆਂ ਹੋਇਆਂ ਖਿਦਰਾਣੇ ਦੀ ਢਾਬ ਦਾ ਜੰਗ ਅਤੇ ਉੱਥੇ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਮੁਕਤੇ ਕਹਿ ਕੇ ਅਤੇ ਉਸ ਢਾਬ ਨੂੰ ਮੁਕਤ ਸਰ ਦਾ ਨਾਮ ਦੇ ਕੇ ਸਾਰੇ ਕੌਤਕ ਕਰਦਿਆਂ ਹੋਇਆਂ ਜਦੋਂ ਸਤਿਗੁਰੂ ਜੀ ਤਲਵੰਡੀ ਸਾਬੋ ਵਿਖੇ ਪਹੁੰਚੇ ਸਨ ਜੋ ਕਿ ਡੱਲੇ ਚੌਧਰੀ ਦੀ ਮਲਕੀਅਤ ਧਰਤੀ ਹੈ, ਇੱਥੇ ਪਹੁੰਚ ਕੇ ਸਤਿਗੁਰਾਂ ਨੇ ਜੰਗ ਦਾ ਕਮਰ ਕੱਸਾ ਖੋਲ੍ਹਿਆ। ਸਿੰਘਾਂ ਨੇ ਦੇਖ ਲਿਆ ਕਿ ਜੰਗੀ ਕਮਰਕਸਾ ਸਤਿਗੁਰਾਂ ਖੋਲ੍ਹ ਦਿੱਤਾ ਹੈ, ਇਹਦੇ ਤੋਂ ਭਾਵ ਕਿ ਹੁਣ ਅਗਾਂਹ ਕੋਈ ਜੰਗ ਨਹੀਂ ਹੋਵੇਗਾ। ਸਮਾਂ ਪਾ ਕੇ ਫਿਰ ਸਿੰਘਾਂ ਨੇ ਉਹ ਬਚਨ ਮਹਾਰਾਜ ਨੂੰ ਚਿਤਾਰਿਆ, ਮਹਾਰਾਜ ਆਪ ਜੀ ਦਾ ਬਚਨ ਸੀ ਕਿ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਬਾਣੀ ਦੇ ਅਰਥ ਪੜ੍ਹਾਵਾਂਗੇ, ਸੰਥਿਆ ਕਰਾਵਾਂਗੇ, ਕਿਰਪਾ ਕਰੋ। ਮਹਾਰਾਜ ਨੇ ਬਚਨ ਕੀਤਾ ਕਿ ਜੋ ਸ੍ਰੀ ਅਰਜਨ ਦੇਵ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾਇਆ ਸੀ, ਉਹ ਧੀਰ ਮਲੀਆਂ ਦੇ ਕੋਲ ਕਰਤਾਰਪੁਰ ਵਿਖੇ ਆ ਜਲੰਧਰ ਨੇੜੇ ਦੁਆਬੇ ਦੇ ਵਿੱਚ ਜਾਓ, ਉਹ ਸਰੂਪ ਲੈ ਕੇ ਆਓ, ਨਾਲੇ ਉਹਦੇ ਵਿੱਚ ਨਵੇਂ ਪਾਤਸ਼ਾਹੀ ਦੀ ਬਾਣੀ ਦਰਜ ਕਰ ਦੇਵਾਂਗੇ, ਨਾਲੇ ਤੁਹਾਨੂੰ ਅਰਥ ਪੜ੍ਹਾਵਾਂਗੇ। ਸਿੰਘ ਆਏ, 25 ਸਿੰਘ ਭੇਜੇ ਸਨ ਸਤਿਗੁਰਾਂ ਨੇ, ਕਰਤਾਰਪੁਰ ਵਿਖੇ ਪਹੁੰਚੇ, ਪਰ ਅੱਗੋਂ ਈਰਖਾ ਵਿੱਚ ਸੜੇ ਹੋਏ ਧੀਰਮਲੀਆਂ ਨੇ ਸਰੂਪ ਦੇਣ ਤੋਂ ਇਨਕਾਰ ਕੀਤਾ, ਨਾਲ ਹੀ ਤਾਨਾ ਮਾਰਿਆ ਕਿ ਜੇ ਗੁਰੂ ਗੋਬਿੰਦ ਸਿੰਘ ਉਸੇ ਗੱਦੀ ਦੇ ਮਾਲਕ ਨੇ ਉਹੋ ਹੀ ਰੂਪ ਨੇ ਤਾਂ ਆਪਣੇ ਕੋਲੋਂ ਨਵਾਂ ਉਚਾਰਨ ਕਰਕੇ ਬਣਾ ਲੈਣ, ਨਵਾਂ ਲਿਖ ਲੈਣ, ਸਾਡੇ ਕੋਲੋਂ ਵੱਡਿਆਂ ਦੀ ਬਖਸ਼ਿਸ਼ ਕਿਉਂ ਖੋਹਦੇ ਨੇ। ਸਿੰਘਾਂ ਜਾ ਕੇ ਇਹ ਗੱਲ ਦਸਮ ਪਾਤਸ਼ਾਹ ਜੀ ਨੂੰ ਦੱਸੀ, ਭਾਵੇਂ ਕਿ ਉਸ ਵੇਲੇ ਭਾਈ ਬੰਨੋ ਜੀ ਵਾਲੇ ਸਰੂਪ ਤੋਂ ਹੋਰ ਅਨੇਕਾਂ ਉਤਾਰੇ ਹੋ ਚੁੱਕੇ ਸਨ, ਪਰ ਜੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕੰਠੋਂ ਉਚਾਰਨ ਕਰਕੇ ਨਾ ਲਿਖਵਾਉਂਦੇ ਤਾਂ ਕੋਈ ਸ਼ੰਕਾ ਰਹਿ ਜਾਣਾ ਸੀ ਸਿੱਖਾਂ ਵਿੱਚ ਕਿ ਸ਼ਾਇਦ ਗੁਰੂ ਪੂਰਨ ਨਹੀਂ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਉੱਦਮ ਉਪਰਾਲਾ ਆਰੰਭਿਆ, ਸਾਰੀ ਤਿਆਰੀ ਕਰਵਾਈ। ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਣ ਵਾਸਤੇ ਜੋ ਸਮੱਗਰੀ ਚਾਹੀਦੀ ਹੈ, ਕਾਗਜ਼, ਸਿਆਹੀ, ਕਲਮ, ਦਵਾਤ ਇਤਿਆਦਿਕ ਜੋ ਕੁਝ ਵੀ ਹੈ, ਇਹ ਪ੍ਰਬੰਧ ਦੀ ਸਾਰੀ ਸੇਵਾ ਤੁਸਾਂ ਕਰਨੀ ਹੈ। ਬਾਬਾ ਜੀ ਨੇ ਬੜੀ ਤਤਪਰਤਾ ਨਾਲ ਇਸ ਸੇਵਾ ਨੂੰ ਸੰਭਾਲਿਆ, ਪ੍ਰਬੰਧ ਕੀਤਾ। ਔਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਸਤਿਗੁਰੂ ਗਰੀਬ ਨਿਵਾਜ ਨੇ ਬਚਨ ਕੀਤਾ, ਅਸੀਂ ਬਾਣੀ ਲਿਖਵਾਵਾਂਗੇ, ਭਾਈ ਗੁਰਦਾਸ ਜੀ ਵਾਲੀ ਸੇਵਾ ਤੁਸੀਂ ਸੰਭਾਲਣੀ ਹੈ, ਤੁਸੀਂ ਲਿਖਣੀ ਹੈ। ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਸਤਿਗੁਰੂ ਜੀ ਕਿਵੇਂ ਲਿਖ ਸਕਾਂਗਾ, ਸਮਰੱਥਾ ਨਹੀਂ। ਮਹਾਰਾਜ ਨੇ ਬਚਨ ਕੀਤਾ ਕਿ ਅਗੰਮੀ ਕਲਮ ਚੱਲੇਗੀ, ਸਤਿਗੁਰੂ ਆਪੇ ਹੀ ਕਿਰਪਾ ਕਰਨਗੇ। ਸੋ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੰਬੂ ਲਗਵਾਇਆ, ਪਹਿਰੇਦਾਰ ਖੜੇ ਕੀਤੇ ਕਿ ਕਿਸੇ ਨੂੰ ਅੰਦਰ ਆਉਣ ਦੀ ਆਗਿਆ ਨਾ ਦਿੱਤੀ ਜਾਵੇ। ਬਾਬਾ ਦੀਪ ਸਿੰਘ ਜੀ ਕਾਗਜ਼ ਦਾ ਪ੍ਰਬੰਧ ਕਰਦੇ ਨੇ, ਕਲਮ ਸਿਆਹੀ ਦਵਾਤ ਇਤਿਆਦਿਕ ਦਾ ਪ੍ਰਬੰਧ ਕਰਦੇ ਨੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲਿਖਣ ਵਾਸਤੇ ਬੈਠੇ ਨੇ, ਕਲਗੀਧਰ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਉਚਾਰਨ ਕਰਕੇ ਲਿਖਵਾਉਣ ਵਾਸਤੇ ਸ਼ੋਭਿਤ ਹੋਏ ਨੇ। ਇੱਕ ਓਅੰਕਾਰ ਤੋਂ ਬਾਣੀ ਲਿਖਾਉਣੀ ਆਰੰਭ ਕੀਤੀ, ਪਹਿਲੇ ਦਿਨ ਜਪਜੀ ਸਾਹਿਬ ਔਰ ਇਸੇ ਪ੍ਰਕਾਰ ਸੋਦਰ ਦੇ 5 ਸ਼ਬਦਾਂ ਦੇ ਨਾਲ ਨਾਲ ਚਾਰ ਅਗਲੇ ਸ਼ਬਦ ਜਿਹੜੇ ਸੋ ਪੁਰਖ ਵਾਲੇ ਨੇ, ਇਹ ਵੀ ਸਤਿਗੁਰਾਂ ਨੇ ਸੰਮਿਲਿਤ ਕੀਤੇ ਦਸਵੇਂ ਪਾਤਸ਼ਾਹ ਜੀ ਨੇ, ਔਰ ਨਾਲ ਹੀ ਕੀਰਤਨ ਸੋਹਿਲਾ। ਪਹਿਲੇ ਦਿਨ ਇਹ ਬਾਣੀ ਲਿਖੀ ਗਈ। ਸਤਿਗੁਰੂ ਜੀ ਦਿਨ ਦੇ ਦੂਸਰੇ ਪਹਿਰ ਇਹ ਬਾਣੀ ਲਿਖਾਉਣੀ ਆਰੰਭ ਕਰਿਆ ਕਰਦੇ ਸੀ, ਦੁਪਹਿਰ ਦੇ ਵਿਸ਼ਰਾਮ ਤੋਂ ਬਾਅਦ ਸ਼ਾਮ ਵੇਲੇ ਬਾਣੀ ਦੇ ਅਰਥ ਕਰਕੇ ਸੁਣਾਉਂਦੇ। ਕੱਤਕ ਸੁਦੀ ਪੂਰਨਮਾਸ਼ੀ ਸੰਮਤ 1762 ਬਿਕਰਮੀ, ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜੇ ਦਾ ਦਿਵਸ, ਇਸ ਦਿਨ ਇਹ ਮਹਾਨ ਕਾਰਜ ਆਰੰਭ ਹੋਇਆ। ਹਰ ਰੋਜ਼ ਦਾ ਇਹ ਕਰਮ ਬਣਿਆ। ਸਜੇ ਦੀਵਾਨ ਦੀ ਸਮਾਪਤੀ ਉਪਰੰਤ ਸਤਿਗੁਰੂ ਜੀ ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਤੰਬੂ ਵਿੱਚ ਜਾਂਦੇ, ਹਰ ਰੋਜ਼ ਨਵੀਆਂ ਕਲਮਾਂ ਘੜ ਕੇ ਬਾਬਾ ਦੀਪ ਸਿੰਘ ਜੀ ਤੰਬੂ ਦੇ ਵਿੱਚ ਪਹੁੰਚਾਉਂਦੇ, ਔਰ ਸਤਿਗੁਰੂ ਜੀ ਲਿਖਾਉਂਦੇ ਬਾਣੀ, ਭਾਈ ਮਨੀ ਸਿੰਘ ਜੀ ਲਿਖਦੇ ਜਿੰਨੀ ਬਾਣੀ ਲਿਖੀ ਜਾਂਦੀ।
ਸ਼ਾਮ ਦੇ ਵਕਤ ਸਜੇ ਦੀਵਾਨ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ ਉਸ ਬਾਣੀ ਦੀ ਕਥਾ ਆਪਣੇ ਮੁਖਾਰ ਬਿੰਦ ਤੋਂ ਕਰਦੇ, ਆਪ ਅਰਥ ਪੜਾਇਆ ਕਰਦੇ ਸਨ। 9 ਮਹੀਨੇ 9 ਦਿਨ ਲਗਾਤਾਰ ਇਹ ਮਹਾਨ ਕਾਰਜ ਚੱਲੇ ਹੈ। 9 ਮਹੀਨੇ 9 ਦਿਨ 9 ਘੜੀਆਂ 9 ਪਲ ਦਾ ਇਹ ਕੁੱਲ ਸਮਾਂ ਬਣਦਾ ਹੈ। 23 ਸਾਵਣ ਸੰਮਤ 1763 ਬਿਕਰਮੀ ਦਾ ਦਿਨ ਆਇਆ ਹੈ, ਜਿਸ ਦਿਨ ਇਹ ਸਾਰਾ ਕਾਰਜ ਚੱਲਦਿਆਂ ਹੋਇਆਂ ਨੇਪਰੇ ਚੜ੍ਹਿਆ ਹੈ। 31ਵਾਂ ਰਾਗ ਜੈਜਾਵੰਤੀ ਤੇ ਹੋਰ ਵੀ ਰਾਗਾਂ ਵਿੱਚ ਨਾਵੇਂ ਪਾਤਸ਼ਾਹੀ ਦੀ ਬਾਣੀ, ਫਿਰ ਭੋਗ ਦੇ ਸਲੋਕ, ਸਾਰੀ ਨਾਵੇਂ ਪਾਤਸ਼ਾਹੀ ਦੀ ਬਾਣੀ ਸਮੇਤ ਉਪਰੰਤ ਫਿਰ ਉਸ ਤੋਂ ਮੁੰਦਾਵਣੀ ਤੇ ਸਲੋਕ ਮਹੱਲਾ 5ਵਾਂ ਰਾਗ ਮਾਲਾ ਲਿਖ ਕੇ ਗੁਰੂ ਗਰੀਬ ਨਿਵਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੰਪੂਰਨਤਾ ਕੀਤੀ ਹੈ। ਸੋ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਹੈ, ਜਦੋਂ ਨਾਵੇਂ ਪਾਤਸ਼ਾਹੀ ਦੀ ਬਾਣੀ ਦੇ ਸਮੇਤ ਦਸਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਤੌਰ ਤੇ ਸੰਪਾਦਨਾ ਦਾ ਕਾਰਜ ਕੀਤਾ ਹੈ। ਇਉਂ 23 ਸਾਵਣ 1763 ਬਿਕਰਮੀ ਵਾਲੇ ਦਿਨ ਇਹ ਕਾਰਜ ਸੰਪੂਰਨ ਹੋਇਆ ਹੈ। ਭਾਵੇਂ ਕਿ 9 ਮਹੀਨੇ ਰੋਜ਼ ਸ਼ਾਮ ਦੇ ਦੀਵਾਨ ਵਿੱਚ ਕਥਾ ਦੇ ਪ੍ਰਵਾਹ ਚੱਲੇ ਨੇ ਤੇ ਅਣਗਿਣਤ ਸੰਗਤਾਂ ਕਥਾ ਵਿੱਚ ਹਾਜ਼ਰੀ ਭਰਦੀਆਂ, ਪਰ ਬਹੁਤੀਆਂ ਸੰਗਤਾਂ ਐਸੀਆਂ ਸਨ ਜੋ ਗੁਰੂ ਕੇ ਦਰਸ਼ਨਾਂ ਲਈ ਆਉਂਦੀਆਂ। ਕੋਈ 10 ਦਿਨ ਟਿਕਦਾ, ਕੋਈ 15 ਦਿਨ, ਕੋਈ ਮਹੀਨਾ, ਤੇ ਫਿਰ ਸੰਗਤਾਂ ਵਾਪਸ ਜਾਂਦੀਆਂ ਨੇ। ਇਉਂ ਸੰਗਤਾਂ ਦਾ ਭਰਪੂਰ ਜੋੜ ਮੇਲਾ ਲੱਗਾ ਰਹਿੰਦਾ ਹੈ। ਸਾਰੀਆਂ ਸੰਗਤਾਂ ਵਿੱਚੋਂ ਗੁਰੂ ਕੀ ਹਜ਼ੂਰੀ ਵਿੱਚ ਰਹਿਣ ਵਾਲੇ 48 ਸਿੰਘ ਐਸੇ ਸਨ ਜਿਨ੍ਹਾਂ ਨੇ 1 ਓਅੰਕਾਰ ਤੋਂ 18-10-20 ਤੱਕ ਸੰਪੂਰਨ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ ਸਰਵਣ ਕੀਤੀ। ਗੁਰੂ ਕੀ ਰਸਨਾ ਤੋਂ ਬਾਣੀ ਦੇ ਅਰਥ ਸੁਣ ਕੇ, ਗੁਰਬਾਣੀ ਦੀ ਮਹਾਨ ਕਥਾ ਸੁਣ ਕੇ ਐਸਾ ਆਤਮਿਕ ਆਨੰਦ ਬਣਿਆ ਕਿ ਗੁਰਸਿੱਖ ਪਿਆਰੇ ਵਿਦੇਹ ਮੁਕਤ ਦੀ ਅਵਸਥਾ ਵਿੱਚ ਪਹੁੰਚੇ। ਵਿਦੇਹ ਮੁਕਤ ਤੋਂ ਭਾਵ ਹੁੰਦਾ ਕਿ ਆਪਣੇ ਸਰੀਰ ਤੋਂ ਉੱਪਰ ਦੀ ਅਵਸਥਾ ਵਿੱਚ ਪਹੁੰਚ ਜਾਣਾ, ਬਿਲਕੁਲ ਦੁਨੀਆਂ ਦੇ ਨਾਲੋਂ ਆਪਣਾ ਨਾਤਾ ਤੋੜ ਕੇ ਉਸ ਆਨੰਦ ਵਿੱਚ ਹੀ ਮਸਤ ਰਹਿਣਾ। ਐਸੀ ਵਿਦੇਹ ਮੁਕਤ ਦੀ ਅਵਸਥਾ ਵਿੱਚ ਜਦੋਂ ਸਾਰੇ ਸਿੰਘ ਪਹੁੰਚੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਤੇ ਬਾਬਾ ਦੀਪ ਸਿੰਘ ਜੀ ਨੂੰ ਸਤਿਗੁਰਾਂ ਨੇ ਬਚਨ ਕੀਤਾ, ਤੁਸੀਂ ਵਿਦੇਹ ਮੁਕਤ ਨਹੀਂ ਬਲਕਿ ਜੀਵਨ ਮੁਕਤ ਦੀ ਅਵਸਥਾ ਵਿੱਚ ਵਿਚਰਨਾ ਹੈ, ਤੁਸਾਂ ਪ੍ਰਵਿਰਤੀ ਦੇ ਵਿੱਚ ਰਹਿਣਾ ਹੈ, ਤੇ ਜਿਹੜੇ ਅਰਥ ਤੁਸੀਂ ਸਾਥੋਂ ਪੜ੍ਹੇ ਨੇ ਇਸ ਪਰੰਪਰਾ ਨੂੰ ਤੁਸਾਂ ਅੱਗੇ ਤੋਰਨਾ ਹੈ। ਗੁਰਬਾਣੀ ਦੀ ਸ਼ੁੱਧ ਸੰਥਿਆ ਅਤੇ ਗੁਰਬਾਣੀ ਦੇ ਅਰਥਾਂ ਦਾ ਪ੍ਰਚਾਰ ਇਹ ਸੰਗਤਾਂ ਵਿੱਚ ਤੁਸਾਂ ਅੱਗੇ ਕਰਨਾ, ਇਹ ਤੁਹਾਡੀ ਡਿਊਟੀ ਲਗਾਉਂਦੇ ਹਾਂ। ਹੱਥ ਜੋੜ ਗੁਰਸਿੱਖਾਂ ਬੇਨਤੀ ਕੀਤੀ, ਮਹਾਰਾਜ ਜਦੋਂ ਸਮਾਜ ਵਿੱਚ ਵਿਚਰਾਂਗੇ, ਪ੍ਰਵਿਰਤੀ ਵਿੱਚ ਵਿਚਰਾਂਗੇ, ਇਸ ਬਣੇ ਹੋਏ ਆਤਮਿਕ ਆਨੰਦ ਵਿੱਚ ਕੋਈ ਫਰਕ ਨਾ ਪਵੇ ਤਾਂ ਕਲਗੀਧਰ ਪਾਤਸ਼ਾਹੀ ਨੇ ਬਖਸ਼ਿਸ਼ ਭਰੇ ਬਚਨ ਕਹੇ ਸੀ, ਧਰਮ ਦੀ ਰੱਖਿਆ ਹੇਤ ਐ ਭਾਈ ਮਨੀ ਸਿੰਘ ਜੀ ਤੁਹਾਡਾ ਬੰਦ ਵੀ ਕਿਉਂ ਨਾ ਕੱਟਿਆ ਜਾਵੇ, ਤੁਹਾਡੇ ਆਤਮਿਕ ਆਨੰਦ ਵਿੱਚ ਰਤੀ ਭਰ ਵੀ ਫਰਕ ਨਹੀਂ ਪਵੇਗਾ। ਬਾਬਾ ਦੀਪ ਸਿੰਘ ਜੀ, ਭਾਵੇਂ ਧਰਮ ਦੀ ਰੱਖਿਆ ਦੇ ਵਾਸਤੇ ਜੰਗ ਲੜਦੇ ਹਾਂ, ਤੁਹਾਡਾ ਸੀਸ ਵੀ ਧੜ ਤੋਂ ਜੁਦਾ ਕਿਉਂ ਨਾ ਹੋ ਜਾਵੇ, ਤੁਹਾਡਾ ਆਤਮਿਕ ਆਨੰਦ ਜਿਉਂ ਦਾ ਤਿਉਂ ਬਣਿਆ ਰਹੇਗਾ। ਗੁਰੂ ਮਹਾਰਾਜ ਦੇ ਬਚਨਾਂ ਦੀ ਪਾਲਣਾ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਹਨਾਂ ਦੋਨਾਂ ਗੁਰਮੁਖਾਂ ਪਿਆਰਿਆਂ ਨੇ ਇਹ ਅਰਥ ਪਰੰਪਰਾ ਜਿਹੜੀ ਸੀ ਅੱਗੇ ਸੰਭਾਲੀ। ਇਉਂ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਨੂੰ ਆਪ ਹੁਕਮ ਕਰਕੇ 23 ਸਾਉਣ ਵਾਲੇ ਦਿਨ ਹੀ ਕਲਗੀਧਰ ਪਾਤਸ਼ਾਹੀ ਨੇ ਇਹ ਅਰਥਾਂ ਦੀ ਜਿਹੜੀ ਟਕਸਾਲ ਸੀ ਇਹ ਆਰੰਭ ਕੀਤੀ। ਦਮਦਮਾ ਸਾਹਿਬ ਤੋਂ ਆਰੰਭ ਹੋਈ ਹੋਣ ਕਰਕੇ ਇਸ ਨੂੰ ਦਮਦਮੀ ਟਕਸਾਲ ਕਿਹਾ ਜਾਂਦਾ ਹੈ। ਕਲਗੀਧਰ ਪਾਤਸ਼ਾਹ ਜੀ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੋਂ ਦੱਖਣ ਦੀ ਧਰਤੀ ਵੱਲ ਨੰਦੇੜ ਵਿਖੇ ਹਜ਼ੂਰ ਸਾਹਿਬ ਦੇ ਅਸਥਾਨ ਤੇ ਪਹੁੰਚੇ ਨੇ, ਬੇਸ਼ੱਕ ਕੁਝ ਇਤਿਹਾਸਕਾਰਾਂ ਨੇ ਵਰਣਨ ਕੀਤਾ ਕਿ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਪੰਜਾਬ ਰਹੇ, ਪਰ ਪੁਰਾਤਨ ਲਿਖਤਾਂ ਦੱਸਦੀਆਂ ਨੇ ਕਿ ਇਹ ਦੋਨੋਂ ਗੁਰਮੁਖ ਪਿਆਰੇ ਵੀ ਸਤਿਗੁਰਾਂ ਦੇ ਨਾਲ ਹੀ ਗਏ ਸਨ।
ਤੇ ਜਦੋਂ ਆਪਣੇ ਜੋਤੀ ਜੋਤ ਸਮਾਉਣ ਤੋਂ 3 ਦਿਨ ਪਹਿਲਾਂ ਕੱਤਕ ਸੁਦੀ ਦੂਜ ਸੰਮਤ 1765 ਬਿਕਰਮੀ ਨੂੰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਤਾਂ ਉਦੋਂ 5 ਪਿਆਰਿਆਂ ਵਿੱਚ ਬਾਬਾ ਦੀਪ ਸਿੰਘ ਜੀ ਵੀ ਸ਼ਾਮਿਲ ਸਨ ਤੇ ਤਾਬਿਆ ਚੌਰ ਲੈ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸੇਵਾ ਸਤਿਗੁਰਾਂ ਲਗਾਈ ਸੀ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਹੁਕਮ ਮੁਤਾਬਕ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਜੀ ਦਾ ਪ੍ਰਬੰਧ ਆ ਕੇ ਸੰਭਾਲਿਆ ਹੈ। ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਦਾ ਪ੍ਰਬੰਧ ਸੰਭਾਲਿਆ ਹੈ। ਭਾਈ ਮਨੀ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਸੇਵਾ ਸੰਭਾਲ ਕਰਦਿਆਂ ਇੱਥੇ ਅਰਥ ਪਰੰਪਰਾ ਨੂੰ ਅੱਗੇ ਤੋਰਦੇ ਰਹੇ, ਇਸ ਕਰਕੇ ਉਹਨਾਂ ਤੋਂ ਅੱਗੇ ਚੱਲੀ ਅਰਥ ਪਰੰਪਰਾ ਨੂੰ ਅੰਮ੍ਰਿਤਸਰ ਵਾਲੀ ਟਕਸਾਲ ਕਿਹਾ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਤੋਂ ਇਹ ਸੇਵਾ ਕੀਤੀ, ਨਾਲ ਹੀ ਆਪਣੇ ਹੱਥੀਂ 4 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਨੇ ਲਿਖੇ। ਸੋ ਇਸ ਪ੍ਰਕਾਰ ਅਰਥ ਪਰੰਪਰਾ ਨੂੰ ਵੀ ਅੱਗੇ ਤੋਰਿਆ, ਪ੍ਰਚਾਰ ਗੁਰਮਤ ਦਾ ਕੀਤਾ। ਇਉਂ ਬਾਬਾ ਦੀਪ ਸਿੰਘ ਜੀ ਤੋਂ ਚੱਲੀ ਹੋਈ ਇਸ ਸੰਸਥਾ ਨੂੰ ਦਮਦਮਾ ਸਾਹਿਬ ਹੈੱਡ ਕੇਂਦਰ ਹੋਣ ਕਰਕੇ ਦਮਦਮੀ ਟਕਸਾਲ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਜਦੋਂ ਅਬਦਾਲੀ ਦੀਆਂ ਫੌਜਾਂ ਨੇ ਹਰਿਮੰਦਰ ਸਾਹਿਬ 'ਤੇ ਕਬਜ਼ਾ ਕੀਤਾ ਸੀ, ਇਤਿਹਾਸ ਸੰਗਤਾਂ ਜਾਣਦੀਆਂ ਨੇ ਕਿ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਆਏ ਸਨ ਤੇ ਅਦੁੱਤੀ ਸ਼ਹਾਦਤ ਅੰਮ੍ਰਿਤਸਰ ਵਿਖੇ ਪਹੁੰਚ ਕੇ ਆਪ ਜੀ ਨੇ ਪ੍ਰਾਪਤ ਕੀਤੀ ਸੀ। ਉਦੋਂ ਜੱਥਾ ਵੀ ਆਪ ਜੀ ਦੇ ਨਾਲ ਆਇਆ, ਬਹੁਤੇ ਸਿੰਘ ਇੱਥੇ ਸ਼ਹੀਦ ਹੋ ਗਏ ਸਨ। ਇੱਥੇ ਆ ਕੇ ਦੋਹਾਂ ਪਰੰਪਰਾਵਾਂ ਦਾ ਆਪਸ ਵਿੱਚ ਸੁਮੇਲ ਵੀ ਹੁੰਦਾ ਹੈ, ਦੋਵੇਂ ਸਾਂਝੇ ਤੌਰ 'ਤੇ ਵੀ ਚੱਲਦੀਆਂ। ਬਾਬਾ ਦੀਪ ਸਿੰਘ ਜੀ ਤੋਂ ਉਪਰੰਤ ਬਾਬਾ ਗੁਰਬਖਸ਼ ਸਿੰਘ ਜੀ ਇਸ ਪਰੰਪਰਾ ਦੇ ਇਸ ਟਕਸਾਲ ਦੇ ਮੁੱਖ ਜੋ ਹਨ ਜਥੇਦਾਰ ਚੁਣੇ ਜਾਂਦੇ ਨੇ, ਜੋ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਵੀ ਹਨ। ਤੇ ਇੱਕ ਵਾਰੀ ਫਿਰ ਅਬਦਾਲੀ ਚੜ੍ਹ ਕੇ ਆਇਆ, ਜਦੋਂ ਹਰਿਮੰਦਰ ਸਾਹਿਬ ਦੇ ਉੱਪਰ ਉਸਨੇ ਕਹਿਰੀ ਹਮਲਾ ਕੀਤਾ ਸੀ, ਨੇਸਤੋਂ ਨਾਬੂਦ ਕਰਨ ਦੀ ਨੀਯਤ ਨਾਲ 30 ਸਿੰਘਾਂ ਦਾ ਜਥਾ ਲੈ ਕੇ ਬਾਬਾ ਗੁਰਬਖਸ਼ ਸਿੰਘ ਜੀ ਦਮਦਮੀ ਟਕਸਾਲ ਦੇ ਦੂਸਰੇ ਮੁਖੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਆਏ ਸਨ ਤੇ ਅਬਦਾਲੀ ਦੀਆਂ 30,000 ਫੌਜਾਂ ਦਾ ਟਾਕਰਾ ਕਰਦਿਆਂ ਹੋਇਆਂ ਮੈਦਾਨੇ ਜੰਗ ਵਿੱਚ ਜੂਝ ਕੇ ਅਦੁੱਤੀ ਸ਼ਹਾਦਤ ਪ੍ਰਾਪਤ ਕੀਤੀ ਸੀ। ਇਸੇ ਜੰਗ ਵਿੱਚ ਅਬਦਾਲੀ ਦੀ ਫੌਜ ਦੇ ਚਲਾਏ ਹੋਏ ਇੱਕ ਤੋਪ ਦੇ ਗੋਲੇ ਦੇ ਹਰਿਮੰਦਰ ਸਾਹਿਬ ਦੀ ਮਮਟੀ ਤੇ ਵੱਜਣ ਤੋਂ ਇੱਕ ਇੱਟ ਐਸੀ ਉੱਡੀ ਸੀ ਕਿ ਉਹ ਸਿੱਧੀ ਆ ਕੇ ਅਬਦਾਲੀ ਦੇ ਨੱਕ ਤੇ ਵੱਜੀ ਸੀ। ਇਹ ਜ਼ਖਮ ਫਿਰ ਠੀਕ ਨਹੀਂ ਹੋਇਆ, ਇਸੇ ਨਸੂਰ ਨਾਲ ਹੀ ਅਬਦਾਲੀ ਪਾਪੀ ਦੀ ਮੌਤ ਹੋਈ ਸੀ। ਬਾਬਾ ਗੁਰਬਖਸ਼ ਸਿੰਘ ਜੀ ਨੇ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਸ਼ਹਾਦਤ ਪ੍ਰਾਪਤ ਕੀਤੀ, ਜਿੱਥੇ ਉਹਨਾਂ ਦੀ ਯਾਦ ਵਿੱਚ ਸ਼ਹੀਦ ਬਾਬਾ ਗੁਰਬਖਸ਼ ਸਿੰਘ ਬੁੰਗਾ ਬਣਿਆ ਹੋਇਆ। ਸੋ ਇਸ ਪ੍ਰਕਾਰ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖਾਂ ਨੇ ਆਰੰਭ ਤੋਂ ਹੀ ਕੌਮ ਦੀ ਮਹਾਨ ਸੇਵਾ ਕੀਤੀ ਹੈ। ਥੋੜ੍ਹੀ ਜਿਹੀ ਮੈਂ ਇਸ ਦੇ ਬਾਰੇ ਬੇਨਤੀ ਕਰਦਾ ਚੱਲਾਂ, ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ। ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਸ ਜੀ ਦੀ ਕਿਰਪਾ ਦੇ ਨਾਲ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਵੀ ਇਹ ਪਰੰਪਰਾ ਇਸੇ ਤਰ੍ਹਾਂ ਚੱਲਦੀ ਰਹੀ ਹੈ। ਸਾਰਾ ਸਿਜਰਾ ਜਿਹੜਾ ਹੈ ਮੌਜੂਦ ਹੈ, ਲੜੀਵਾਰ ਮਹਾਂਪੁਰਖਾਂ ਦੇ ਨਾਮ ਮੌਜੂਦ ਨੇ। ਵੇਲਾ ਆਉਂਦਾ ਹੈ ਸਿੱਖ ਰਾਜ ਦਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦਾ ਰਾਜ ਹੈ, ਅਕਾਲੀ ਫੂਲਾ ਸਿੰਘ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਨ। ਮਹਾਰਾਜਾ ਰਣਜੀਤ ਸਿੰਘ ਕੋਲੋਂ ਕੰਜਰੀ ਦਾ ਨਾਚ ਵੇਖਣ ਦੀ ਗਲਤੀ ਹੁੰਦੀ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਦੀਆਂ ਮਹਾਨ ਪਰੰਪਰਾਵਾਂ ਦੀ ਉਲੰਘਣਾ ਦੇ ਦੋਸ਼ ਹੇਠਾਂ ਮਹਾਰਾਜਾ ਰਣਜੀਤ ਸਿੰਘ ਦਾ ਦਾਖਲਾ, ਉਹਨਾਂ ਦੀ ਅਰਦਾਸ, ਉਹਨਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਰਿਮੰਦਰ ਸਾਹਿਬ ਹੋਣ ਵਾਲੀ ਸਭ ਕਾਸੇ 'ਤੇ ਰੋਕ ਲਾ ਦਿੰਦੇ ਨੇ ਕਿ ਇਹਨੇ ਸਿੱਖ ਪਰੰਪਰਾ ਦੇ ਉਲਟ ਜਾ ਕੇ ਕੰਜਰੀ ਦਾ ਨਾਚ ਵੇਖਿਆ, ਉਹਨੂੰ ਖੁਸ਼ ਹੋ ਕੇ ਕੈਂਠਾ ਵੀ ਦਿੱਤਾ,
ਸਿੱਖ ਪਰੰਪਰਾਵਾਂ ਦੀ, ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਹੈ, ਇਹਦੀ ਦੇਗ ਹਰਿਮੰਦਰ ਸਾਹਿਬ 'ਚ ਪ੍ਰਵਾਨ ਨਹੀਂ ਹੋਵੇਗੀ, ਔਰ ਇਸੇ ਪ੍ਰਕਾਰ ਇਹਦਾ ਅਰਦਾਸਾ ਜਿਹੜਾ ਰੋਜ਼ ਹੁੰਦਾ ਉਹ ਨਹੀਂ ਹੋਵੇਗਾ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਇੰਨਾ ਕਰੜਾ ਫੈਸਲਾ ਕੌਮ ਦੇ ਜਥੇਦਾਰ ਨੇ ਲਿਆ, ਨਿਮਰਤਾ ਧਾਰਨ ਕਰਕੇ ਮਹਾਰਾਜਾ ਰਣਜੀਤ ਸਿੰਘ ਆ ਕੇ ਪੇਸ਼ ਹੋਏ ਸੀ, ਤੇ ਉਸ ਵਕਤ ਭਰੇ ਦਰਬਾਰ ਦੇ ਵਿੱਚ ਕੌਮ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਮਲੀ ਦੇ ਦਰਖਤ ਨਾਲ ਬੰਨ੍ਹ ਕੇ ਕੋਰੜੇ ਮਾਰਨ ਦੀ ਸਜ਼ਾ ਸੁਣਾਈ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਹ ਇਮਲੀ ਦਾ ਦਰਖਤ ਸੀ ਪੁਰਾਤਨ, 84 ਦੇ ਹਮਲੇ ਵੇਲੇ ਤੋਪਾਂ ਦੇ ਗੋਲਿਆਂ ਨਾਲ ਉਹ ਉੱਡਿਆ, ਤੇ ਉਹਦੀ ਜਗ੍ਹਾ ਨਵਾਂ ਦਰਖਤ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਆਪਣੇ ਹੱਥੀਂ ਲਗਾਇਆ ਸੀ ਉਸ ਇਤਿਹਾਸਕ ਚਿੰਨ੍ਹ ਨੂੰ ਕਾਇਮ ਰੱਖਣ ਦੇ ਵਾਸਤੇ। ਇਹ ਜਿਹੜੀ ਸਜ਼ਾ ਸੀ ਮਹਾਰਾਜਾ ਹੁੰਦਿਆਂ ਹੋਇਆਂ ਵੀ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਵਾਨ ਕੀਤੀ, ਹੱਥ ਜੋੜੇ ਕਿ ਕੋਰੜੇ ਭਾਵੇਂ ਜਿੰਨੇ ਮਰਜ਼ੀ ਮੈਨੂੰ ਮਾਰ ਲੈ ਜਾਣ, ਪਰ ਖਾਲਸਾ ਪੰਥ ਮੈਨੂੰ ਬਖਸ਼ ਲਵੇ, ਮੇਰਾ ਗੁਰ ਚਰਨਾਂ ਤੋਂ ਨਹੀਂ ਹੋਣਾ ਟੁੱਟੇ। ਇਉਂ ਆਪ ਮਹਾਰਾਜਾ ਰਣਜੀਤ ਸਿੰਘ ਉਸ ਇਮਲੀ ਦੇ ਦਰਖਤ ਨੂੰ ਗਲਵੱਕੜੀ ਪਾ ਕੇ ਖੜ੍ਹੇ ਹੋ ਗਏ ਸੀ, ਹੱਥ ਬੰਨ੍ਹ ਦਿੱਤੇ ਗਏ, ਸਰੀਰ ਬੰਨ੍ਹ ਦਿੱਤਾ ਗਿਆ, ਕੋਰੜੇ ਮਾਰਨ ਦੀ ਤਿਆਰੀ ਕੀਤੀ ਗਈ। ਤੇ ਉਸ ਵਕਤ ਕੌਮ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਫਿਰ ਫੈਸਲਾ ਸੁਣਾਇਆ ਕਿ ਮਹਾਰਾਜੇ ਨੇ ਜਿੰਨੀ ਨਿਮਰਤਾ ਦਿਖਾਈ ਹੈ ਇਹ ਬੜੀ ਕਮਾਲ ਦੀ ਹੈ, ਫੌਜਾਂ ਦਾ ਲਾਹੌਰ ਦੇ ਤਖਤ ਦਾ ਮਾਲਕ ਹੁੰਦਿਆਂ ਹੋਇਆਂ ਵੀ ਐਡਾ ਵੱਡਾ ਸਿੱਖੀ ਸਿਦਕ, ਇੰਨੀ ਵੱਡੀ ਨਿਮਰਤਾ, ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਮੁੱਖਤਾ ਨੂੰ, ਸ੍ਰੀ ਹਰਿਮੰਦਰ ਸਾਹਿਬ ਦੀ ਸਰਵਉੱਚਤਾ ਨੂੰ ਕਾਇਮ ਰੱਖਿਆ, ਮੰਨੋ ਕਿ ਇਹਨੇ ਸਜ਼ਾ ਭੁਗਤ ਹੀ ਲਈ, ਹੁਣ ਕੋਰੜੇ ਨਹੀਂ ਮਾਰੇ ਜਾਣਗੇ। ਖੋਲ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਨੂੰ, ਬੇਨਤੀ ਕਰਨ ਲੱਗਾ ਜੀ ਕੋਈ ਸੇਵਾ, ਤਾਂ ਉਸ ਵਕਤ ਅਕਾਲੀ ਫੂਲਾ ਸਿੰਘ ਜੀ ਨੇ ਇਹ ਆਦੇਸ਼ ਦਿੱਤਾ ਸੀ ਕਿ ਗੁਰੂ ਕੇ ਦਰਬਾਰ ਦੀ ਸ਼ਾਨੋ ਸ਼ੌਕਤ ਦੂਣੀ ਚੌਣੀ ਹੋਣੀ ਚਾਹੀਦੀ ਹੈ, ਇੱਥੇ ਸੰਗ ਮਰਮਰ ਲੱਗੇ ਤੇ ਗੁਰੂ ਕਾ ਹਰਿਮੰਦਰ ਸਾਹਿਬ ਸੋਨੇ ਵਿੱਚ ਮੜਿਆ ਜਾਵੇ, ਇਹ ਸੇਵਾ ਤੂੰ ਕਰਨੀ ਹੈ। ਸਤ ਬਚਨ ਕਿਹਾ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਜੀ ਨੇ। ਹੁਣ ਇਹ ਸੇਵਾ ਆਰੰਭ ਹੋਣ ਲੱਗੀ ਹੈ, ਤੇ ਸੇਵਾ ਦੀ ਨਿਗਰਾਨੀ ਕਿਸ ਨੂੰ ਦਿੱਤੀ ਜਾਵੇ, ਕਿਉਂਕਿ ਸੋਨਾ ਹੈ ਬੜੀ ਕੀਮਤੀ ਵਸਤੂ ਹੈ, ਸੋ ਕੋਈ ਵੀ ਵਾਧਾ ਘਾਟਾ ਕਰ ਸਕਦਾ ਹੈ, ਕੋਈ ਪੂਰਨ ਹਠੀ ਜਪੀ ਤਪੀ ਪੂਰਨ ਸੰਤ ਮਹਾਤਮਾ ਹੋਵੇ, ਭਾਵੇਂ ਕਿ ਅਕਾਲੀ ਜੀ ਦੇ ਜੀਵਨ ਵਿੱਚ ਇੱਕ ਰਾਈ ਦੇ ਕਰੋੜਵੇਂ ਹਿੱਸੇ ਜਿੰਨੇ ਵੀ ਕਮੀ ਨਹੀਂ, ਪਰ ਉਹਨਾਂ ਨੂੰ ਹੋਰ ਜ਼ਿੰਮੇਵਾਰੀਆਂ ਵੀ ਬਹੁਤ ਨੇ, ਇਹ ਸੇਵਾ ਕਿਸ ਨੂੰ ਦਿੱਤੀ ਜਾਵੇ। ਉਸ ਵਕਤ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਕਲਗੀਧਰ ਸੱਚੇ ਪਾਤਸ਼ਾਹ ਦੀ ਸਾਜੀ ਨਿਵਾਜੀ ਹੋਈ ਜਿਹੜੀ ਟਕਸਾਲ ਹੈ, ਉਸ ਦੇ ਮੁਖੀ ਹਨ ਮਹਾਂਪੁਰਖ ਸੰਤ ਬਾਬਾ ਸੰਤ ਸਿੰਘ ਜੀ, 6ਵੇਂ ਮੁਖੀ ਹੋਏ ਨੇ ਦਮਦਮੀ ਟਕਸਾਲ ਦੇ ਭਾਈ ਸੰਤ ਸਿੰਘ ਜੀ। ਇਹ ਸੇਵਾ ਪੰਥ ਨੇ ਉਹਨਾਂ ਨੂੰ ਆਪਣੀ ਨਿਗਰਾਨੀ ਹੇਠ ਕਰਾਉਣ ਦਾ ਹੁਕਮ ਦਿੱਤਾ, ਜਿਨ੍ਹਾਂ ਨੇ ਬੜੀ ਖੁਸ਼ੀ ਨਾਲ ਇਸ ਸੇਵਾ ਨੂੰ ਸੰਭਾਲਿਆ। ਇਉਂ ਸਾਰਾ ਖਰਚਾ ਰਾਜ ਦਰਬਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਹੋਇਆ, ਤੇ ਸੇਵਾ ਦੀ ਨਿਗਰਾਨੀ ਅਰਥ ਪਰੰਪਰਾ ਦੇ ਦਮਦਮੀ ਟਕਸਾਲ ਦੇ 6ਵੇਂ ਮੁਖੀ ਮਹਾਂਪੁਰਖ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਦੀ ਨਿਗਰਾਨੀ ਹੇਠ ਹੋਈ। ਉਹਨਾਂ ਦੇ ਹੀ ਸਪੁੱਤਰ ਭਾਈ ਗੁਰਮੁਖ ਸਿੰਘ ਜੀ ਦੀ ਨਿਗਰਾਨੀ ਹੇਠ ਸੋ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਤੇ ਜਿਹੜਾ ਅੱਧ ਤੱਕ ਪੱਥਰ ਲੱਗਾ ਸੰਗਮਰਮਰ, ਉਹ ਤੇ ਪ੍ਰਕਰਮਾ ਵਿੱਚ ਸੰਗਮਰਮਰ ਲਾਏ ਜਾਣ ਦੀ ਸੇਵਾ ਜਿਹੜੀ ਸੀ ਉਹ ਗਿਆਨੀ ਗੁਰਮੁਖ ਸਿੰਘ ਜੀ ਮਹਾਨ ਨੀਤੀਵਾਨ ਉਹਨਾਂ ਦੀ ਨਿਗਰਾਨੀ ਹੇਠ ਸੰਪੂਰਨ ਹੋਈ ਸੀ। ਇਹ ਬੜਾ ਵੱਡਾ ਸਾਡੀ ਕੌਮ ਦਾ ਇਤਿਹਾਸ ਹੈ। ਸੋ ਇਸੇ ਤਰ੍ਹਾਂ ਇਹ ਸੇਵਾ ਪੀੜ੍ਹੀ ਦਰ ਪੀੜ੍ਹੀ ਅੱਗੇ ਚਾਲੂ ਰਹੀ ਹੈ, ਤੇ ਉਹ ਸਮਾਂ ਆਉਂਦਾ ਜਦੋਂ ਦਮਦਮੀ ਟਕਸਾਲ ਦੇ ਨਾਮ ਨਾਲ ਭਿੰਡਰਾਂ ਵਾਲੇ ਲਫ਼ਜ਼ ਜੁੜਦਾ ਹੈ। ਸਾਧ ਸੰਗਤ ਜੀ, 11ਵੇਂ ਮੁਖੀ ਦਮਦਮੀ ਟਕਸਾਲ ਦੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਏ ਨੇ। ਭਿੰਡਰ ਕਲਾਂ ਆਪ ਜੀ ਦਾ ਨਗਰ ਸੀ,
ਸੋ ਜਿਹੜਾ ਪਹਿਲਾਂ ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦਾ ਸੀ ਹੁਣ ਮੋਗਾ ਜ਼ਿਲ੍ਹਾ ਬਣ ਗਿਆ, ਮੋਗੇ ਜ਼ਿਲ੍ਹੇ ਵਿੱਚ ਆਉਂਦਾ ਹੈ। ਇੱਥੋਂ ਦੇ ਜੰਮਪਲ ਸਨ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ, ਔਰ ਦਮਦਮੀ ਟਕਸਾਲ ਦੇ ਦਸਵੇਂ ਮੁਖੀ ਮਹਾਂਪੁਰਖ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲਿਆਂ ਪਾਸੋਂ ਉਹਨਾਂ ਨੇ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ ਸੀ। ਬੇਅੰਤ ਗੁਰਮੁਖ ਪਿਆਰੇ ਸਨ ਬਾਬਾ ਬਿਸ਼ਨ ਸਿੰਘ ਜੀ ਕੋਲੋਂ ਪੜ੍ਹਨ ਵਾਲੇ, ਇਹਨਾਂ ਵਿੱਚੋਂ ਤਿੰਨ ਪ੍ਰਮੁੱਖ ਹੋਏ ਅਤੇ ਉਹਨਾਂ ਤਿੰਨਾਂ ਉੱਪਰ ਹੀ ਸੰਤ ਬਿਸ਼ਨ ਸਿੰਘ ਨੇ ਕਿਰਪਾ ਕੀਤੀ। ਇੱਕ ਹਨ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੂੰ ਇਹ ਅਰਥ ਪਰੰਪਰਾ ਦੀ ਸੇਵਾ ਸੰਤ ਬਾਬਾ ਬਿਸ਼ਨ ਸਿੰਘ ਜੀ ਨੇ ਅੱਗੇ ਬਖਸ਼ੀ ਕਿ ਇਹ ਸੇਵਾ ਤੁਸਾਂ ਅੱਗੇ ਲਭਾਉਣੀ ਹੈ। ਦੂਸਰੇ ਹਨ ਦਮਦਮੀ ਟਕਸਾਲ ਵਿੱਚ ਵਿੱਦਿਆ ਪੜ੍ਹਨ ਵਾਲੇ ਸੰਤ ਬਾਬਾ ਬਿਸ਼ਨ ਸਿੰਘ ਦੇ ਸ਼ਿਸ਼ ਪਰਮ ਸਤਿਕਾਰਯੋਗ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ, ਸੋ ਬੇਗੋਵਾਲ ਵਾਲੇ, ਜਿਨ੍ਹਾਂ ਨੂੰ ਮਰਾਲੇ ਵਾਲੇ ਵੀ ਕਿਹਾ ਜਾਂਦਾ, ਸੰਤ ਪ੍ਰੇਮ ਸਿੰਘ ਜੀ ਮਰਾਲੇ ਵਾਲੇ, ਉਹ ਵੀ ਸੰਤ ਬਾਬਾ ਬਿਸ਼ਨ ਸਿੰਘ ਦੇ ਸ਼ਿਸ਼ ਸਨ। ਉਹਨਾਂ ਨੂੰ ਵੀ ਬਾਬਾ ਬਿਸ਼ਨ ਸਿੰਘ ਜੀ ਨੇ ਹੁਕਮ ਕੀਤਾ ਕਿ ਤੁਸਾਂ ਆਪਣੇ ਇਲਾਕੇ ਵਿੱਚ ਦੁਆਬੇ ਦੇ ਵਿੱਚ ਫਿਰ ਕੇ ਗੁਰਮਤਿ ਦਾ ਪ੍ਰਚਾਰ ਕਰਨਾ, ਵੱਧ ਤੋਂ ਵੱਧ ਸੇਵਾ ਨਿਭਾਉਣੀ ਹੈ। ਤੀਸਰੇ ਗੁਰਮੁਖ ਸਿਆਰੇ ਪਿਆਰੇ ਸਨ ਬਾਬਾ ਭਾਗ ਸਿੰਘ ਜੀ, ਉਹਨਾਂ ਨੂੰ ਇਹ ਹੁਕਮ ਹੋਇਆ ਕਿ ਤੁਸਾਂ ਇੱਥੇ ਮਰਾਲੇ ਨਗਰ ਵਿਖੇ ਰਹਿ ਕੇ ਇੱਥੋਂ ਦੇ ਮੁੱਖ ਸਥਾਨ ਦੀ ਸੇਵਾ ਸੰਭਾਲਣੀ ਹੈ ਅਤੇ ਗੁਰਮਤਿ ਦਾ ਪ੍ਰਚਾਰ ਕਰਨਾ ਹੈ। ਸੰਤ ਬਾਬਾ ਭਾਗ ਸਿੰਘ ਜੀ ਠੱਟੇ ਟਿੱਬੇ ਵਾਲੇ, ਸੋ ਇਉਂ ਇਹਨਾਂ ਤਿੰਨਾਂ ਗੁਰਮੁਖਾਂ ਪਿਆਰਿਆਂ 'ਤੇ ਬਖਸ਼ਿਸ਼ ਹੋਈ। ਜਿਹੜੀ ਟਕਸਾਲ ਦੀ ਦਸਤਾਰ ਸੀ ਉਹ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਸਪੁਰਦ ਕੀਤੀ ਗਈ। ਸੰਤ ਸੁੰਦਰ ਸਿੰਘ ਜੀ ਨੇ ਆਪਣੇ ਨਗਰ ਭਿੰਡਰ ਕਲਾਂ ਨੂੰ ਦਮਦਮੀ ਟਕਸਾਲ ਦਾ ਮੁੱਖ ਕੇਂਦਰ ਬਣਾਇਆ ਅਤੇ ਇੱਥੋਂ ਤੁਲ ਕੇ ਕੁੱਲ ਹਿੰਦੁਸਤਾਨ ਵਿੱਚ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕਰਨਾ ਆਰੰਭਿਆ। ਅਤੇ ਇਹੀ ਸਮਾਂ ਸੀ ਤਕਰੀਬਨ 1920-21-22 ਦਾ, ਜਦੋਂ ਕਿ ਉਦਾਸੀ ਮਹੰਤਾਂ ਵਿੱਚੋਂ ਕੁਝ ਕੁ ਦੇ ਜੀਵਨ ਵਿੱਚ ਗਿਰਾਵਟ ਆ ਜਾਣ ਤੋਂ ਉਹਨਾਂ ਦੇ ਕੋਲੋਂ ਗੁਰਧਾਮਾਂ ਦਾ ਪ੍ਰਬੰਧ ਆਜ਼ਾਦ ਕਰਾਉਣ ਵਾਸਤੇ ਪੰਥ ਨੇ ਜਦੋਂ ਜਹਿਦ ਕੀਤੀ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਚੱਲੀ। ਉਸ ਲਹਿਰ ਵਿੱਚ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਕੌਮ ਦੇ ਸਿਆਸੀ ਆਗੂ ਅਗਵਾਈ ਕਰ ਰਹੇ ਸਨ ਅਤੇ ਧਾਰਮਿਕ ਤੌਰ 'ਤੇ ਇਸ ਸਾਰੀ ਮੁਹਿੰਮ ਦੀ ਅਗਵਾਈ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕੀਤੀ ਸੀ। ਨਗਰ ਨਗਰ, ਪਿੰਡ ਪਿੰਡ, ਸ਼ਹਿਰ ਸ਼ਹਿਰ ਦੀਵਾਨ ਸਜਾ ਕੇ, ਖਲੋ ਕੇ ਵਾਜੇ 'ਤੇ ਧਾਰਨਾ ਪੜ੍ਹ ਕੇ ਮਹਾਂਪੁਰਖ ਕੀਰਤਨ ਕਰਿਆ ਕਰਦੇ, ਜੋਸ਼ੀਲੀਆਂ ਧਾਰਨਾ ਗੁਰਬਾਣੀ ਵਿੱਚੋਂ ਪੜ੍ਹਦੇ ਅਤੇ ਨਾਲ ਹੀ ਸਿੱਖ ਸੰਗਤਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਵੀ ਕਰਦੇ ਅਤੇ ਇਉਂ ਨਾਲ ਦੀ ਨਾਲ ਜੋ ਅੰਗਰੇਜ਼ ਹਕੂਮਤ ਉਹਨਾਂ ਮਹੰਤਾਂ ਦੀ ਪਿੱਠ ਪੂਰਦੀ ਸੀ, ਉਸ ਦੇ ਰੋਸ ਵਜੋਂ ਪੰਥ ਨੇ ਕਾਲੀਆਂ ਦਸਤਾਰਾਂ ਸਜਾ ਕੇ ਜਥੇ ਭੇਜਣ ਦਾ ਨਿਰਣਾ ਲਿਆ ਸੀ। ਕੜਾਹੇ ਚਾੜੇ ਜਾਂਦੇ, ਦਸਤਾਰਾਂ ਰੰਗੀਆਂ ਜਾਂਦੀਆਂ, ਅੰਮ੍ਰਿਤ ਛਕਾ ਕੇ, ਨਵੇਂ ਸਿੰਘ ਸਜਾ ਕੇ, ਕਾਲੀਆਂ ਦਸਤਾਰਾਂ ਸਜਾ ਕੇ ਕੌਮ ਦੇ ਮੋਰਚਿਆਂ ਵਿੱਚ ਉਹਨਾਂ ਸਿੰਘਾਂ ਨੂੰ ਸੰਤ ਜੀ ਭੇਜਦੇ ਰਹੇ। ਜਦੋਂ ਜੈਤੋ ਦਾ ਮੋਰਚਾ ਲੱਗਾ, ਉਦੋਂ ਖੁਦ ਸੰਤ ਸੁੰਦਰ ਸਿੰਘ ਜੀ ਨੇ ਵੀ ਗ੍ਰਿਫਤਾਰੀ ਦੇਣ ਦੀ ਤਿਆਰੀ ਕੀਤੀ ਅਤੇ ਜਦੋਂ ਕੌਮ ਦੇ ਲੀਡਰਾਂ ਨੂੰ ਪਤਾ ਲੱਗਾ, ਸਰਦਾਰ ਤੇਜਾ ਸਿੰਘ ਜੀ ਸਮੁੰਦਰੀ ਹੋਰਾਂ ਨੇ ਸੁਨੇਹਾ ਭੇਜਿਆ ਕਿ ਮਹਾਂਪੁਰਖੋ, ਕੌਮ ਦੀ ਲੀਡਰਸ਼ਿਪ ਤਾਂ ਸਰਕਾਰ ਨੇ ਫੜ ਕੇ ਜੇਲ੍ਹਾਂ ਵਿੱਚ ਡੱਕ ਦਿੱਤੀ ਹੈ, ਜੇ ਤੁਸੀਂ ਵੀ ਜੇਲ੍ਹ ਦੇ ਅੰਦਰ ਚਲੇ ਗਏ ਤਾਂ ਸਾਨੂੰ ਜੇਲ੍ਹਾਂ ਵਿੱਚੋਂ ਬਾਹਰ ਕੌਣ ਕਢਾਵੇਗਾ, ਤੁਸੀਂ ਗ੍ਰਿਫਤਾਰੀ ਨਾ ਦਿਓ, ਤੁਸੀਂ ਬਾਹਰ ਰਹਿ ਕੇ ਮੋਰਚੇ ਦੀ ਅਗਵਾਈ ਕਰੋ। ਪੰਥ ਦਾ ਇਹ ਬਚਨ ਮੰਨਿਆ ਮਹਾਂਪੁਰਖਾਂ ਨੇ, ਆਪ ਗ੍ਰਿਫਤਾਰੀ ਦੇਣ ਦਾ ਆਪ ਜੀ ਨੇ ਵਿਚਾਰ ਤਿਆਗਿਆ, ਪਰ ਜਥੇ ਦੇ ਸਿੰਘ ਗ੍ਰਿਫਤਾਰੀ ਵਾਸਤੇ ਮੋਰਚੇ ਵਿੱਚ ਭੇਜੇ ਸਨ ਅਤੇ ਇਉਂ ਹੋਰ ਵੀ ਮੁਕਤਸਰ ਸਾਹਿਬ ਦਾ ਮੋਰਚਾ ਉਹ ਵੀ ਫਤਿਹ ਕਰਕੇ ਪੰਥ ਦੀ ਝੋਲੀ ਵਿੱਚ ਪਾਇਆ। ਆਪ ਜੀ ਦੀਆਂ ਜੋਸ਼ੀਲੀਆਂ ਤਕਰੀਰਾਂ ਤੋਂ ਅੰਗਰੇਜ਼ ਹਕੂਮਤ ਕਾਫ਼ੀ ਖਫਾ ਹੋਈ ਔਰ ਥਾਂ ਪਰ ਥਾਂ ਆਪ ਜੀ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਘੇਰੇ ਵੀ ਪਾਏ ਜਾਂਦੇ ਰਹੇ।
ਪਰ ਤਪ ਤੇ ਅਜੇ ਇੰਨਾ ਸੀ ਕਿ ਅਗਾਂਹ ਆ ਕੇ ਹੱਥ ਪਾਉਣ ਦੀ ਕੋਈ ਹਿੰਮਤ ਨਹੀਂ ਕਰ ਸਕਿਆ। ਉਹ ਜਿਹੜੀ ਠੋਸ ਤੇ ਨਿੱਗਰ ਸੇਵਾ ਆਪ ਜੀ ਨੇ ਸੰਭਾਲੀ ਹੈ, ਉਸ ਕਰਕੇ ਸਮੁੱਚੇ ਪੰਥ ਵਿੱਚ ਆਪ ਜੀ ਦਾ ਨਾਮ ਕਾਫੀ ਪ੍ਰਸਿੱਧ ਹੋਇਆ, ਕਿਉਂਕਿ ਭਿੰਡਰ ਕਲਾਂ ਦੇ ਜੰਮਪਲ ਸਨ, ਵਸਨੀਕ ਸਨ। ਭਿੰਡਰ ਕਲਾਂ ਦੇ ਵਿੱਚ ਹੀ ਆਪ ਜੀ ਨੇ ਦਮਦਮੀ ਟਕਸਾਲ ਦਾ ਮੁੱਖ ਕੇਂਦਰ ਬਣਾਇਆ ਸੀ। ਇਸ ਕਰਕੇ ਆਪ ਜੀ ਸੰਤ ਭਿੰਡਰਾਂ ਵਾਲੇ ਦੇ ਨਾਮ ਨਾਲ ਜਗਤ ਵਿੱਚ ਪ੍ਰਸਿੱਧ ਹੋਏ। ਸਿੱਖ ਜਗਤ ਵਿੱਚ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਚੜ੍ਹਦੀ ਜਵਾਨੀ ਦੀ ਆਪ ਜੀ ਦੀ ਅਵਸਥਾ ਸੀ ਔਰ ਬਹੁਤ ਵੱਡੀ ਮਹਾਨ ਅਧਿਆਤਮਿਕ ਅਵਸਥਾ ਦੇ ਆਪ ਜੀ ਧਾਰਨੀ ਸਨ। ਕੌਮ ਦੀਆਂ ਮਹਾਨ ਸੇਵਾਵਾਂ ਨਿਭਾਉਂਦਿਆਂ ਹੋਇਆਂ, ਅਰਥ ਪਰੰਪਰਾ ਨੂੰ ਅੱਗੇ ਤੋਰਦਿਆਂ ਹੋਇਆਂ, ਲੁਧਿਆਣੇ ਦੇ ਨੇੜੇ ਬੋਪਾ ਰਾਜ ਨਗਰ ਵਿਖੇ ਆਪ ਜੀ ਨੇ ਇਹ ਸੇਵਾ ਆਪ ਜੀ ਕੋਲੋਂ ਵਿੱਦਿਆ ਪ੍ਰਾਪਤ ਕਰ ਰਹੇ ਅਖਾੜਾ ਨਗਰ ਦੇ ਵਸਨੀਕ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸੌਂਪੀ ਤੇ ਬੋਪਾ ਰਾਜ ਨਗਰ ਵਿਖੇ ਹੀ ਅਕਾਲ ਚਲਾਣਾ ਕੀਤਾ। ਭਿੰਡਰਾਂ ਨਗਰ ਨੂੰ ਹੀ ਮੁੱਖ ਕੇਂਦਰ ਰੱਖ ਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਗੁਰਮਤ ਦਾ ਐਸਾ ਭਾਰੀ ਪ੍ਰਚਾਰ ਕੀਤਾ ਕਿ ਜਿਸ ਦੀ ਅੱਜ ਤੱਕ ਕੋਈ ਮਿਸਾਲ ਨਹੀਂ ਮਿਲਦੀ। ਆਪਣੇ ਜੀਵਨ ਦੇ ਵਿੱਚ ਜਦੋਂ ਤੋਂ ਉਹਨਾਂ ਨੇ ਸੇਵਾ ਸੰਭਾਲੀ, ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ 104 ਕਥਾ ਬੋਪਾ ਰਾਜ ਵਿਖੇ ਰਹਿ ਕੇ ਉਹਨਾਂ ਨੇ ਕੀਤੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੰਪੂਰਨ ਕਥਾ ਆਰੰਭ ਕਰਨੀ, ਕਥਾ ਸਾਰੀ ਕਥਾ ਦਾ ਭੋਗ ਪਾਉਣਾ, ਫਿਰ ਅਗਲੀ ਵਾਰ ਫਿਰ ਆਰੰਭ ਕਰ ਦੇਣੀ। ਇਉਂ ਚਾਰ ਕਥਾ ਉਹਨਾਂ ਨੇ ਬੋਪਾ ਰਾਜ ਰਹਿ ਕੇ ਕੀਤੀਆਂ। ਪੰਜਵੀਂ ਕਥਾ ਮਹਿਤੇ ਪਿੰਡ ਤੋਂ ਆਪ ਜੀ ਨੇ ਆਰੰਭ ਕੀਤੀ, ਜਿੱਥੇ ਅੱਜ ਕੱਲ੍ਹ ਦਮਦਮੀ ਟਕਸਾਲ ਦਾ ਹੈੱਡਕੁਆਟਰ ਹੈ। ਤੇ ਇਉਂ ਫਿਰ ਗੁਰਮਤ ਦਾ ਪ੍ਰਚਾਰ ਕਰਦਿਆਂ ਕੁੱਲ ਹਿੰਦੁਸਤਾਨ ਭਰ ਵਿੱਚ ਵਿਚਰ ਕੇ ਆਪਣੇ ਜੀਵਨ ਦੇ ਅੰਤਲੇ ਪਲ ਤੱਕ 27 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਸਮੁੱਚੀਆਂ ਸੰਗਤਾਂ ਨੂੰ ਆਪ ਜੀ ਨੇ ਸਰਵਣ ਕਰਾਈ। 5 ਵਾਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਕਥਾ ਸਰਵਣ ਕਰਾਈ। 50 ਵਾਰ ਸ੍ਰੀ ਗੁਰਪ੍ਰਤਾਪ ਸਾਹਿਬ ਗੁਰਪ੍ਰਤਾਪ ਸੂਰਜ ਗ੍ਰੰਥ, ਜੋ ਇਤਿਹਾਸ ਦਾ ਗ੍ਰੰਥ ਹੈ, ਤਕਰੀਬਨ 50 ਵਾਰ ਇਸ ਦੀ ਸੰਪੂਰਨ ਕਥਾ ਸੰਗਤਾਂ ਨੂੰ ਸਰਵਣ ਕਰਾਈ। ਇੱਕ ਕਥਾ ਪੰਥ ਪ੍ਰਕਾਸ਼ ਦੀ, ਔਰ ਇਸੇ ਪ੍ਰਕਾਰ ਹੋਰ ਵੀ ਗ੍ਰੰਥਾਂ ਜੋ ਇਤਿਹਾਸਕ ਗ੍ਰੰਥ ਹਨ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਇੱਕ ਕਥਾ, ਭਾਈ ਗੁਰਦਾਸ ਜੀ ਦੇ ਕਵਿਤਾਂ ਦੀ ਕਥਾ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦੀ ਕਥਾ। ਇਉਂ ਬੜਾ ਵੱਡਾ ਪ੍ਰਚਾਰ ਉਹਨਾਂ ਮਹਾਂਪੁਰਖਾਂ ਨੇ ਆਪਣੇ ਜੀਵਨ ਦੇ ਸਮੇਂ ਵਿੱਚ ਕੀਤਾ। ਔਰ ਫਿਰ ਅੱਗੋਂ ਜਿਹੜੀ ਦਮਦਮੀ ਟਕਸਾਲ ਦੀ ਦਸਤਾਰ ਸੀ, ਇਹ ਪਟਨਾ ਸਾਹਿਬ ਤਖ਼ਤ ਦੀ ਪਵਿੱਤਰ ਧਰਤੀ 'ਤੇ ਕਲਗੀਧਰ ਪਾਤਸ਼ਾਹੀ ਦਾ 300 ਸਾਲਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ, ਜੋ ਆਪ ਜੀ ਨੂੰ ਸਰੋਪਾਉ ਤਖ਼ਤ ਸਾਹਿਬ ਵੱਲੋਂ ਪ੍ਰਾਪਤ ਹੋਇਆ ਸੀ, ਉਹੀ ਸਰੋਪਾਉ ਅਗਾਂਹ ਸੰਤ ਕਰਤਾਰ ਸਿੰਘ ਜੀ ਦੇ ਸੀਸ 'ਤੇ ਸਜਾਉਂਦਿਆਂ ਹੋਇਆਂ ਬਚਨ ਕਰ ਦਿੱਤਾ ਸੀ ਕਿ ਅੱਗੋਂ ਤੋਂ ਇਹ ਸੇਵਾ ਸੰਤ ਕਰਤਾਰ ਸਿੰਘ ਜੀ ਸੰਭਾਲਣਗੇ। ਸੋ 50 ਸਾਲ ਪਹਿਲਾਂ ਅੱਜ ਤੋਂ 15 ਹਾੜ ਵਾਲੇ ਦਿਨ 28 ਜੂਨ 1969 ਨੂੰ ਮਹਿਤੇ ਪਿੰਡ ਵਿਖੇ ਹੀ ਬਾਬਾ ਭਾਨ ਸਿੰਘ ਜੀ ਦੇ ਘਰ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਦਾ ਅਕਾਲ ਚਲਾਣਾ ਹੋਇਆ। ਉਦੋਂ ਇੱਥੇ ਕਥਾ ਚੱਲ ਰਹੀ ਸੀ ਇਸ ਪਿੰਡ ਦੇ ਵਿੱਚ ਹੀ, ਤੇ ਵੱਖੋ ਵੱਖਰੇ ਘਰਾਂ ਵਿੱਚ ਸਾਰੇ ਜਥੇ ਦੇ ਸਿੰਘਾਂ ਦੇ ਆਸਣ ਸਨ। ਤਕਰੀਬਨ 150-200 ਸਿੰਘਾਂ ਦਾ ਜਥਾ ਨਾਲ ਹੋਇਆ ਕਰਦਾ ਸੀ। ਮਹਿਤੇ ਨਗਰ ਵਿਖੇ ਆਪ ਜੀ ਦਾ ਅਕਾਲ ਚਲਾਣਾ ਹੋਇਆ। ਆਪ ਜੀ ਦੇ ਬਚਨ ਦੇ ਮੁਤਾਬਕ ਆਪ ਜੀ ਦੇ ਪਵਿੱਤਰ ਸਰੀਰ ਦਾ ਅੰਤਮ ਸੰਸਕਾਰ ਗੁਰਦੁਆਰਾ ਪਤਾਲਪੁਰੀ ਕੀਰਤਪੁਰ ਸਾਹਿਬ ਵਿਖੇ ਕੀਤਾ ਗਿਆ, ਤੇ ਅਗਾਂਹ ਆਪ ਜੀ ਦੇ ਬਚਨ ਦੇ ਮੁਤਾਬਕ ਜੋ ਅਗਲੀ ਸੇਵਾ ਸੀ ਇਹ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਨਿਭਾਉਣੀ ਆਰੰਭ ਕੀਤੀ। ਭਾਵੇਂ ਕਿ ਆਪਣਿਆਂ ਵੱਲੋਂ ਹੀ ਵਿਰੋਧ ਵੀ ਕੀਤਾ ਗਿਆ, ਬੜੀਆਂ ਮੁਸ਼ਕਲਾਂ ਵੀ ਪੇਸ਼ ਆਈਆਂ, ਪਰ ਇੱਕ ਕਲਗੀਧਰ ਜੀ ਦਾ ਓਟ ਆਸਰਾ ਲੈ ਕੇ ਮਹਾਂਪੁਰਖਾਂ ਨੇ ਇਸ ਸੇਵਾ ਨੂੰ ਅੱਗੇ ਤੋਰਿਆ।
ਮੈਥੇ ਜਿਸ ਘਰ ਵਿੱਚ ਬਾਪੂ ਭਾਨ ਸਿੰਘ ਜੀ ਦੇ ਘਰ ਵਿੱਚ ਮਹਾਂਪੁਰਖਾਂ ਦਾ ਅਕਾਲ ਚਲਾਣਾ ਹੋਇਆ ਸੀ, ਉਹਨਾਂ ਨੇ ਉਹ ਘਰ ਜਿਹੜਾ ਸੀ ਸੇਵਾ ਵਿੱਚ ਜਥੇ ਨੂੰ ਸਪੁਰਦ ਕਰ ਦਿੱਤਾ। ਆਸੇ ਪਾਸੇ ਦੇ ਕੁਝ ਹੋਰ ਘਰਾਂ ਦੀ ਜ਼ਮੀਨ ਖਰੀਦ ਕੇ, ਉਹਨਾਂ ਨੂੰ ਪਾਸੇ ਜ਼ਮੀਨ ਦੇ ਕੇ ਅਤੇ ਨਵੇਂ ਘਰ ਉਹਨਾਂ ਨੂੰ ਬਣਵਾ ਕੇ ਦੇ ਕੇ ਉੱਥੇ ਮਹਾਂਪੁਰਖਾਂ ਨੇ ਖੁੱਲ੍ਹਾ ਮੈਦਾਨ ਤਿਆਰ ਕਰਵਾਇਆ, ਛੱਪੜ ਨੂੰ ਵੀ ਪੂਰਿਆ ਅਤੇ ਇਉਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜੋ ਅਜੋਕਾ ਦਮਦਮੀ ਟਸਾਲ ਦਾ ਹੈੱਡਕੁਆਟਰ ਹੈ ਇਸ ਦੀ ਨੀਂਹ ਰੱਖੀ ਸੀ। ਸੋ ਸਾਧ ਸੰਗਤ ਜੀ, ਅਕਤੂਬਰ ਮਹੀਨੇ ਵਿੱਚ ਮਹਾਂਪੁਰਖਾਂ ਨੇ ਇਹ ਕਾਰਜ ਆਰੰਭ ਕੀਤਾ, ਇਉਂ ਦਮਦਮੀ ਟਕਸਾਲ ਦਾ ਮੁੱਖ ਸਥਾਨ ਮਹਿਤੇ ਵਿਖੇ ਬਣਾਇਆ। ਨਾਲ ਦੀ ਨਾਲ ਗੁਰਮਤਿ ਪ੍ਰਚਾਰ ਦੇ ਕਾਰਜ ਵੀ ਚੱਲਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੀ ਕਥਾ ਦੀ ਪਰੰਪਰਾ ਵੀ ਪਹਿਲੀ ਪਰੰਪਰਾ ਦੀ ਤਰ੍ਹਾਂ ਚੱਲਦੀ ਰਹੀ। ਹਿੰਦੁਸਤਾਨ ਭਰ ਵਿੱਚ ਵਿਚਰ ਕੇ ਵਿਦਿਆਰਥੀ ਸਿੰਘਾਂ ਦਾ ਜੱਥਾ ਨਾਲ ਰੱਖ ਕੇ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਹੁਤ ਵੱਡਾ ਸਿੱਖੀ ਦਾ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਬੜੀਆਂ ਚੁਣੌਤੀਆਂ ਸਾਹਮਣੇ ਆਈਆਂ, ਸਮੇਂ ਦੀ ਸਰਕਾਰ ਵੱਲੋਂ ਵੀ, ਨਕਲੀ ਦੇਹਧਾਰੀ ਗੁਰੂ ਡੰਮ ਦੇ ਵੱਲੋਂ ਵੀ। ਕੌਮ ਦੇ ਸਾਹਮਣੇ ਆਈਆਂ ਚੁਣੌਤੀਆਂ ਦਾ ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਨੇ ਬੜੀ ਦ੍ਰਿੜਤਾ ਦੇ ਨਾਲ ਡਟ ਕੇ ਟਾਕਰਾ ਕੀਤਾ। ਸੋ ਸਾਧ ਸੰਗਤ ਜੀ, ਉਸ ਸਮੇਂ ਤਕਰੀਬਨ ਇਹ 74-75-76 ਦਾ ਸਮਾਂ ਸੀ, ਸੰਨ ਦਾ 1975 ਦਾ, ਜਦੋਂ ਕਿ ਹਿੰਦੁਸਤਾਨ ਵਿੱਚ ਐਮਰਜੈਂਸੀ ਲੱਗੀ ਹੋਈ ਸੀ। ਕੋਈ 4-5 ਵਿਅਕਤੀ ਵੀ ਇਕੱਠੇ ਹੋ ਕੇ ਕੋਈ ਜਲਸਾ ਜਲੂਸ ਨਹੀਂ ਸੀ ਕਰ ਸਕਦੇ। ਉੱਧਰ ਦੂਸਰੇ ਪਾਸੇ ਆਬਾਦੀ ਕੰਟਰੋਲ ਦੇ ਨਾਮ ਹੇਠਾਂ ਪੰਜਾਬ ਦੀ ਧਰਤੀ 'ਤੇ ਹਕੂਮਤ ਦਾ ਕਹਿਰ ਵਾਪਰ ਰਿਹਾ ਸੀ। ਅਣਵਿਆਹੇ ਨੌਜਵਾਨਾਂ ਨੂੰ ਪਕੜ ਪਕੜ ਕੇ ਉਹਨਾਂ ਦੀ ਨਸਬੰਦੀ ਕੀਤੀ ਜਾ ਰਹੀ ਸੀ, ਇਉਂ ਸਿੱਖ ਕੌਮ ਦੀ ਨਸਲਕੁਸ਼ੀ ਦਾ ਭੈੜਾ ਕਾਰਜ ਕੀਤਾ ਜਾ ਰਿਹਾ ਸੀ। ਮਹਾਂਪੁਰਖਾਂ ਨੇ ਇਸ ਕਾਰਜ ਦੇ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਔਰ ਐਮਰਜੈਂਸੀ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਨਾਵੇਂ ਪਾਤਸ਼ਾਹ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਬੜੇ ਬੜੇ ਵੱਡੇ ਨਗਰ ਕੀਰਤਨ ਕੀਤੇ ਅਤੇ ਨਾਲ ਦੀ ਨਾਲ ਹੀ ਜੋ ਨਕਲੀ ਗੁਰੂ ਡੰਮ ਜੋ ਆਪਣੇ ਆਪ ਨੂੰ ਸੰਤ ਨਿਰੰਕਾਰੀ ਮੰਡਲ ਵਾਲੇ ਕਹਾਉਂਦੇ ਨੇ, ਖਾਲਸਾ ਪੰਥ ਨੇ ਇਹਨਾਂ ਨੂੰ ਨਰਕਧਾਰੀਆਂ ਦਾ ਨਾਮ ਦਿੱਤਾ, ਉਹਨਾਂ ਦਾ ਵੀ ਡਟ ਕੇ ਟਾਕਰਾ ਕੀਤਾ, ਉਹਨਾਂ ਦਾ ਵੀ ਵਿਰੋਧ ਕੀਤਾ। ਕੌਣ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ ਉੱਚਤਾ ਨੂੰ ਚੈਲੰਜ ਕਰੇ ਅਤੇ ਆਪਣੇ ਆਪ ਨੂੰ ਗੁਰੂ ਅਖਵਾਉਣ ਦਾ ਦਾਅਵਾ ਕਰੇ। ਇਉਂ ਸੰਤ ਕਰਤਾਰ ਸਿੰਘ ਜੀ ਨੇ ਕੌਮ ਵਿੱਚ ਬੜੀ ਵੱਡੀ ਜਾਗਰਤੀ ਲੈ ਕੇ ਆਉਂਦੀ। ਅਗਲੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਨੇ ਕੌਮ ਦਾ ਜੋ ਸੰਘਰਸ਼ ਲੜਿਆ ਉਸ ਸੰਘਰਸ਼ ਦੀ ਆਰੰਭਤਾ ਉਸਦੀ ਪਿੱਠ ਭੂਮੀ ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਤਿਆਰ ਕੀਤੀ ਸੀ। ਬੜੇ ਬਚਨ ਨੇ ਸੰਗਤਾਂ ਵਿੱਚ ਕਰਨ ਵਾਲੇ ਸੁਣਾਉਣ ਵਾਲੇ। ਅਗਲੇ ਦਿਨਾਂ ਵਿੱਚ ਸੰਤ ਕਰਤਾਰ ਸਿੰਘ ਜੀ ਦੀ ਬਰਸੀ ਮਨਾਉਂਦਿਆਂ ਹੋਇਆਂ ਮੈਂ ਉਹ ਸੰਗਤਾਂ ਨਾਲ ਸਾਂਝੇ ਕਰਨ ਦਾ ਯਤਨ ਕਰਾਂਗਾ। ਕੱਲ੍ਹ 3 ਅਗਸਤ ਦਾ ਦਿਨ ਲੰਘਿਆ, ਅੱਜ ਤੋਂ 42 ਸਾਲ ਪਹਿਲਾਂ 3 ਅਗਸਤ ਵਾਲੇ ਦਿਨ ਸਿੱਖ ਇਤਿਹਾਸ ਵਿੱਚ ਅਤੇ ਦਮਦਮੀ ਟਕਸਾਲ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡੀ ਦੁੱਖਦਾਈ ਘਟਨਾ ਵਾਪਰੀ। ਹਿਮਾਚਲ ਪ੍ਰਦੇਸ਼ ਨੂੰ ਜਾਣਾ ਸੀ ਗੁਰਮਤਿ ਪ੍ਰਚਾਰ ਵਾਸਤੇ। ਇਸ ਤੋਂ ਪਹਿਲਾਂ ਦੀਵਾਨ ਸੱਜ ਰਹੇ ਸਨ ਮਲਸੀਹਾ ਨਗਰ ਜੋ ਜਲੰਧਰ ਜ਼ਿਲ੍ਹੇ ਵਿੱਚ ਹੈ ਨਕੋਦਰ ਦੇ ਨਜ਼ਦੀਕ, ਅਤੇ ਇਸ ਤੋਂ ਅੱਗੇ ਸੋਲਨ ਜੋ ਹਿਮਾਚਲ ਪ੍ਰਦੇਸ਼ ਦਾ ਸ਼ਹਿਰ ਹੈ ਉੱਥੇ ਗੁਰਮਤਿ ਪ੍ਰਚਾਰ ਵਾਸਤੇ ਜਾਣਾ ਸੀ। ਕਾਰ ਰਾਹੀਂ ਮਹਾਂਪੁਰਖ ਉੱਧਰ ਨੂੰ ਰਵਾਨਾ ਹੋਏ ਮਲਸੀਹਾਂ ਤੋਂ ਸੋਲਨ ਨੂੰ। ਕੁਝ ਮੀਂਹ ਪੈ ਰਿਹਾ ਸੀ, ਲੁਧਿਆਣੇ ਤੋਂ ਕੁਝ ਪਿੱਛੇ ਹੀ ਸਨ ਜਦੋਂ ਕੁਝ ਕਾਰਨ ਐਸਾ ਬਣਿਆ ਕਿ ਕਾਰ ਜਿਹੜੀ ਸੀ ਉਹ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋਈ। ਤੇਜ਼ੀ ਵਿੱਚ ਜਾਂਦੀ ਹੋਈ ਕਾਰ ਇੱਕ ਦਰਖਤ ਵਿੱਚ ਜਾ ਵੱਜੀ ਸੀ। ਸੋ ਇਉਂ ਮਹਾਂਪੁਰਖ ਬਾਰੀ ਦੇ ਨਾਲ ਪਿਛਲੀ ਸੀਟ 'ਤੇ ਬੈਠੇ ਸੀ ਸੰਤ ਕਰਤਾਰ ਸਿੰਘ ਜੀ। ਬੜਾ ਭਿਆਨਕ ਐਕਸੀਡੈਂਟ ਹੋਇਆ ਜਿਹਦੇ ਨਾਲ ਆਪ ਜੀ ਦੀ ਪੁੜਪੜੀ ਵੀ ਪਾਟ ਗਈ ਸੀ ਅਤੇ ਇਉਂ 7 ਪਸਲੀਆਂ ਖੱਬੇ ਪਾਸੇ ਦੀਆਂ ਟੁੱਟ ਗਈਆਂ ਸਨ।
ਕੁਝ ਬੇਹੋਸ਼ੀ ਦਾ ਆਲਮ ਭਾਰੂ ਹੋਇਆ, ਤੁਰਤ ਹੀ ਲੁਧਿਆਣੇ ਦੇ CMC ਹਸਪਤਾਲ ਵਿੱਚ ਲਿਜਾਇਆ ਗਿਆ, ਜਿਹਨੂੰ ਉਦੋਂ ਮਿਸ ਬਰਾਊਨ ਹਸਪਤਾਲ ਕਹਿੰਦੇ ਸਨ। 13 ਦਿਨ ਮਹਾਂਪੁਰਖ ਉੱਥੇ ਦਾਖਲ ਰਹੇ ਸਨ ਤੇ 13 ਦਿਨਾਂ ਦੇ ਬਾਅਦ ਭਾਦਰੋਂ ਦੀ ਸੰਗਰਾਂਦ ਵਾਲੇ ਦਿਨ 1977 ਈਸਵੀ ਨੂੰ ਅਕਾਲ ਚਲਾਣਾ ਕਰ ਗਏ ਸੀ। ਸੋ 3 ਅਗਸਤ ਨੂੰ ਕੱਲ੍ਹ ਦੇ ਦਿਨ ਇਹ ਅੱਜ ਤੋਂ 42 ਸਾਲ ਪਹਿਲਾਂ 77 ਈਸਵੀ ਵਿੱਚ ਐਕਸੀਡੈਂਟ ਹੋਇਆ ਸੀ। ਇਹ ਸਾਰੀਆਂ ਜਿਹੜੀਆਂ ਵਾਰਤਾ ਨੇ ਅਗਲੇ ਦਿਨਾਂ ਵਿੱਚ ਭਾਦਰੋਂ ਦੀ ਸੰਗਰਾਂਦ ਤੇ ਮਹਾਂਪੁਰਖਾਂ ਦੀ ਆਪਾਂ ਬਰਸੀ ਮਨਾਉਣੀ ਹੈ, ਉਦੋਂ ਵੀ ਦਾਸ ਇੱਥੇ ਹਾਜ਼ਰੀ ਭਰੇਗਾ, ਉਦੋਂ ਬੇਨਤੀਆਂ ਕਰਾਂਗਾ। ਤੇ ਹੁਣ ਜਦੋਂ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਾਲ ਚਲਾਣਾ ਕਰ ਗਏ, ਉਸ ਤੋਂ ਉਪਰੰਤ ਦਮਦਮੀ ਟਕਸਾਲ ਦਾ ਅਗਲਾ ਮੁਖੀ ਚੁਣਨ ਦੀ ਕਵਾਇਦ ਆਰੰਭ ਹੋਈ। ਭਾਵੇਂ ਕਿ ਹੋਰ ਵੀ ਸੀਨੀਅਰ ਸਿੰਘ ਜਥੇ ਦੇ ਵਿੱਚ ਸਨ, ਕੋਈ ਕਿਸੇ ਬਾਰੇ ਆਪਣੇ ਵਿਚਾਰ ਦੇ ਰਿਹਾ ਸੀ, ਪਰ ਉਸ ਵੇਲੇ ਜਥੇ ਵਿੱਚ ਸਭ ਤੋਂ ਸੀਨੀਅਰ ਜਿਨ੍ਹਾਂ ਨੂੰ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਵਿਸ਼ੇਸ਼ ਕਿਰਪਾ ਦੇ ਨਾਲ ਨਿਵਾਜਿਆ, ਜਿਨ੍ਹਾਂ ਬਾਰੇ ਸੰਤ ਕਰਤਾਰ ਸਿੰਘ ਜੀ ਨੇ ਵੀ ਲੱਖਾਂ ਦੇ ਇਕੱਠ ਵਿੱਚ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਬਚਨ ਕਹੇ ਸੀ ਕਿ ਜੇ ਮੇਰੇ ਸਰੀਰ ਨਾਲ ਕੋਈ ਭਾਣਾ ਵਾਪਰ ਜਾਵੇ ਤਾਂ ਸੇਵਾ ਦੀ ਅਗਲੀ ਜ਼ਿੰਮੇਵਾਰੀ ਬਾਬਾ ਠਾਕੁਰ ਸਿੰਘ ਜੀ ਦੀ ਹੋਵੇਗੀ, ਉਹ ਚਾਹੁਣ ਆਪ ਸੇਵਾ ਸੰਭਾਲਣ, ਉਹ ਚਾਹੁਣ ਕਿਸੇ ਨੂੰ ਦੇ ਦੇਣ। ਸੋ ਇਹ ਮਹਾਂਪੁਰਖਾਂ ਦੇ ਬਚਨਾਂ ਦੇ ਮੁਤਾਬਕ ਸਮੁੱਚਾ ਜਥਾ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਵੱਲ ਵੇਖ ਰਿਹਾ ਸੀ ਕਿ ਬਾਬਾ ਜੀ ਕੀ ਫੈਸਲਾ ਕਰਦੇ ਨੇ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਦੂਰ ਦ੍ਰਿਸ਼ਟੀ ਨੇ ਉਸ ਵਕਤ ਇੱਕ ਐਸਾ ਹੀਰਾ ਕੌਮ ਦੀ ਝੋਲੀ ਵਿੱਚ ਪਾਇਆ ਜਿਸ ਦੀ ਧਾਂਕ ਕੁੱਲ ਦੁਨੀਆਂ ਦੇ ਵਿੱਚ ਪਈ, ਭਾਵ ਕਿ ਹੋਰ ਸਾਰਿਆਂ ਨੂੰ ਦਰਕਿਨਾਰ ਕਰਕੇ, ਹੋਰ ਦਲੀਲਾਂ ਨੂੰ ਪਾਸੇ ਛੱਡ ਕੇ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੇ ਦੋ ਟੁੱਕ ਫੈਸਲਾ ਸੁਣਾ ਦਿੱਤਾ ਕਿ ਸਿੰਘੋ, ਭਾਈ ਜਰਨੈਲ ਸਿੰਘ ਜੀ ਅਭਿਆਸੀ ਰੋਡਿਆਂ ਵਾਲੇ, ਉਹ ਇਹ ਸੇਵਾ ਸੰਭਾਲਣਗੇ ਤੇ ਨਿਭਾਉਣਗੇ, ਹੋਰ ਕਿਸੇ ਕੋਲੋਂ ਇਹ ਸੇਵਾ ਨਹੀਂ ਸੰਭਾਲੀ ਜਾਣੀ। ਭਾਵੇਂ ਕਿ ਉਸ ਵਕਤ ਸੰਤ ਜਰਨੈਲ ਸਿੰਘ ਜੀ, ਜਿਨ੍ਹਾਂ ਨੂੰ ਭਾਈ ਜਰਨੈਲ ਸਿੰਘ ਅਭਿਆਸੀ ਕਹਿ ਕੇ ਸੰਗਤ ਸਾਰੇ ਸਿੰਘ ਸਤਿਕਾਰ ਕਰਦੇ ਸਨ, ਉਹਨਾਂ ਨੇ ਸੇਵਾ ਸੰਭਾਲਣ ਤੋਂ ਇਨਕਾਰ ਵੀ ਕੀਤਾ, ਪਰ ਆਖਰ ਬਾਬਾ ਜੀ ਦੇ ਬਚਨਾਂ ਮੂਹਰੇ ਸੀਸ ਝੁਕਾਉਣਾ ਪਿਆ। ਸਮੁੱਚੇ ਜਥੇ ਨੇ ਬਾਬਾ ਜੀ ਦੇ ਬਚਨ ਦੀ ਪ੍ਰੋੜਤਾ ਕੀਤੀ ਤੇ ਇਸ ਦੀ ਪਾਲਣਾ ਕੀਤੀ, ਸੀਸ ਝੁਕਾਇਆ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੇ ਆਪਣੇ ਹੱਥੀਂ ਜਥੇਬੰਦੀ ਦੇ ਪ੍ਰਬੰਧ ਦੀ ਦਸਤਾਰ, ਮੁਖੀ ਦੀ ਦਸਤਾਰ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਦੇ ਸੀਸ ਤੇ ਸਜਾਈ ਤੇ ਇਉਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਣੇ। ਤੇ ਜੋ ਸੇਵਾ ਉਹਨਾਂ ਕੌਮ ਦੀ ਕੀਤੀ, ਜਿਵੇਂ ਪ੍ਰਾਤਨ ਇਤਿਹਾਸ ਨੂੰ ਦੁਹਰਾ ਕੇ ਦਿਖਾਇਆ, ਉਹ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ, ਉਹ ਸਰਬੱਤ ਸੰਗਤਾਂ ਦੇ ਸਾਹਮਣੇ ਹੈ। ਜੂਨ 84 ਦਾ ਦੁਖਦਾਈ ਘੱਲੂ ਘਾਰਾ ਵਾਪਰਿਆ, ਉਹਦੇ ਤੋਂ ਉਪਰੰਤ ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਦੇ ਬਚਨਾਂ ਮੁਤਾਬਕ ਦਮਦਮੀ ਟਕਸਾਲ ਦੀ ਸੇਵਾ ਨੂੰ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਨੇ ਸੰਭਾਲਿਆ, ਜਿਨ੍ਹਾਂ ਦੀ ਰਹਿਨਮਾਈ ਹੇਠ ਦਾਸ ਨੂੰ ਵੀ ਗੁਰਮਤਿ ਵਿੱਦਿਆ ਦੇ 2 ਅੱਖਰ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੋ ਉਹਨਾਂ ਮਹਾਂਪੁਰਖਾਂ ਨੇ ਜਿੱਥੇ ਸ਼ਹੀਦ ਪਰਿਵਾਰਾਂ ਦੀ ਸਾਂਭ ਸੰਭਾਲ ਕੀਤੀ, ਜੇਲ੍ਹਾਂ ਵਿੱਚ ਬੰਦ ਸਿੰਘਾਂ ਦੇ ਪਰਿਵਾਰਾਂ ਦੀ ਤੇ ਸਿੰਘਾਂ ਦੀ ਸਾਰ ਲਈ ਬਹੁਤ ਵੱਡਾ ਸਹਾਰਾ ਉਹਨਾਂ ਪਰਿਵਾਰਾਂ ਨੂੰ ਦਿੱਤਾ, ਉੱਥੇ ਗੁਰਮਤਿ ਪ੍ਰਚਾਰ ਦੇ ਵਿੱਚ ਵੀ ਕੋਈ ਕਮੀ ਕੋਈ ਕਸਰ ਬਾਕੀ ਨਹੀਂ ਛੱਡੀ। ਕੁੱਲ ਹਿੰਦੁਸਤਾਨ ਵਿੱਚ ਵਿਚਰ ਕੇ, ਹਿੰਦੁਸਤਾਨ ਤੋਂ ਬਾਹਰ ਇਹਨਾਂ ਦੇਸ਼ਾਂ ਵਿੱਚ ਵਿਚਰ ਕੇ ਵੀ, ਬਿਰਲਿਆਜੂ ਹੋਣ ਦੇ ਬਾਵਜੂਦ ਵੀ ਜੋ ਗੁਰਮਤਿ ਦਾ ਪ੍ਰਚਾਰ ਮਹਾਂਪੁਰਖ ਬਾਬਾ ਠਾਕੁਰ ਸਿੰਘ ਨੇ ਕੀਤਾ ਤੇ ਕਰਵਾਇਆ, ਉਹ ਆਪਣੀ ਮਿਸਾਲ ਆਪ ਹੈ, ਲਫ਼ਜ਼ਾਂ ਵਿੱਚ ਉਸ ਦਾ ਵਰਣਨ ਨਹੀਂ ਹੋ ਸਕਦਾ।
ਬੜੀਆਂ ਬੜੀਆਂ ਵੱਡੀਆਂ ਭਾਰੀ ਪੰਥਕ ਸੇਵਾਵਾਂ ਮਹਾਂਪੁਰਖਾਂ ਨੇ ਨਿਭਾਈਆਂ ਨੇ ਔਰ ਇਉਂ ਇਹ ਭਾਰੀ ਸੇਵਾਵਾਂ ਨਿਭਾਉਂਦਿਆਂ ਹੋਇਆਂ 24 ਦਸੰਬਰ 2004 ਨੂੰ ਸੋ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਅਕਾਲ ਚਲਾਣਾ ਹੋਇਆ। ਉਸ ਤੋਂ ਉਪਰੰਤ ਜਥੇ ਨੇ ਸਰਵਸੰਮਤੀ ਨਾਲ ਮੌਜੂਦਾ ਮੁਖੀ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਸੋ ਦਮਦਮੀ ਟਕਸਾਲ ਦੇ ਮੁਖੀ ਵਜੋਂ ਚੋਣ ਕੀਤੀ, ਜੋ ਗੁਰੂ ਕੀ ਕਿਰਪਾ ਨਾਲ ਇਹ ਸੇਵਾਵਾਂ ਅੱਜ ਦੇ ਸਮੇਂ ਵਿੱਚ ਨਿਭਾ ਰਹੇ ਨੇ। ਭਾਵੇਂ ਕਿ ਨਿੰਦਕਾਂ ਦੇ ਵੱਲੋਂ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਦਾ ਬੜਾ ਕੋਝਾ ਯਤਨ ਕੀਤਾ ਗਿਆ, ਬਹੁਤ ਜ਼ਿਆਦਾ ਸੋ ਸੋਸ਼ਲ ਮੀਡੀਏ 'ਤੇ ਝੂਠਾ ਪ੍ਰਚਾਰ ਕੀਤਾ ਜਾਂਦਾ, ਪਰ ਅਸਲੀਅਤ ਕੁਝ ਹੋਰ ਹੈ। ਸੋਸ਼ਲ ਮੀਡੀਆ ਜਿਹੜਾ ਕੁਝ ਹੋਰ ਦਿਖਾ ਰਿਹਾ, ਅਸਲੀਅਤ ਕੁਝ ਹੋਰ ਹੈ। ਇਹ ਜੇ ਆਪ ਜੀ ਖੁਦ ਉੱਥੇ ਜਾ ਕੇ ਤੱਕੋ ਤਾਂ ਆਪ ਜੀ ਮਹਿਸੂਸ ਕਰੋਗੇ, ਸਭਨਾਂ ਨੂੰ ਪਤਾ ਲੱਗੇਗਾ। ਬੜੇ ਬੜੇ ਵੱਡੇ ਪੰਥਕ ਕਾਰਜ ਮਹਾਂਪੁਰਖਾਂ ਕੀਤੇ ਨੇ, ਅਗਾਂਹ ਵੀ ਜਾਰੀ ਹਨ। ਸੋ ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਆਪਣੀ ਸਾਜੀ ਨਿਵਾਜੀ ਦਮਦਮੀ ਟਕਸਾਲ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣ, ਲੰਬੇਰਾ ਇਤਿਹਾਸ ਕੁਝ ਕੁ ਪਲਾਂ ਦੇ ਵਿੱਚ ਹੀ ਆਪ ਜੀ ਦੇ ਸਨਮੁੱਖ ਰੱਖਣ ਦੀ ਦਾਸ ਨੇ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ, ਯਤਨ ਕੀਤੀ ਹੈ। ਸੋ ਸਾਧ ਸੰਗਤ ਜੀ, ਅੱਜ ਆਪਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ਦੇ ਦਿਹਾੜੇ ਨੂੰ ਸਮਰਪਿਤ ਅਤੇ ਦਮਦਮੀ ਟਕਸਾਲ ਦੀ ਸਿਰਜਣਾ ਦਿਵਸ ਨੂੰ ਸਮਰਪਿਤ ਦੀਵਾਨ ਜਿਹੜੇ ਨੇ ਇਹ ਸਜਾਏ ਨੇ, ਕਿਉਂਕਿ ਅਗਲੇ ਦਿਨਾਂ ਵਿੱਚ 23 ਸਾਉਣ ਦਾ ਜਿਹੜਾ ਦਿਨ ਹੈ ਇਹ 7 ਤਰੀਕ ਨੂੰ ਆ ਰਿਹਾ। ਸੋ ਇਸ ਕਰਕੇ ਇਹ ਦਿਹਾੜਾ, ਅੱਜ ਦਾ ਜਿਹੜਾ ਦੀਵਾਨ ਹੈ, ਉਸ ਮਹਾਨ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਜਿਸ ਕਾਰਜ ਵਾਸਤੇ ਕਲਗੀਧਰ ਪਾਤਸ਼ਾਹ ਨੇ ਦਮਦਮੀ ਟਕਸਾਲ ਦੀ ਸਿਰਜਣਾ ਕੀਤੀ ਹੈ, ਉਹ ਹੈ ਮੀਰੀ ਪੀਰੀ ਦੇ ਸਿਧਾਂਤ ਨੂੰ ਕਾਇਮ ਰੱਖਣਾ, ਸ਼ਾਸਤਰ ਤੇ ਸ਼ਸਤਰ ਹਰ ਪੱਖ ਤੋਂ ਕੌਮ ਦੀ ਸੇਵਾ ਕਰਨੀ। ਜਿਹੜਾ ਪ੍ਰਮੁੱਖ ਹੈ ਉਹ ਸ਼ਾਸਤਰ ਦਾ ਪੱਖ ਹੈ, ਉਹ ਪੀਰੀ ਦਾ ਪੱਖ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਤਮ ਵਿਚਾਰਧਾਰਾ ਨੂੰ ਪ੍ਰਚਾਰਨ ਦਾ ਪੱਖ ਹੈ, ਅਤੇ ਇਸੇ ਪੱਖ ਨੂੰ ਮੁੱਖ ਰੱਖ ਕੇ ਦਮਦਮੀ ਟਕਸਾਲ ਸੇਵਾ ਨਿਭਾਉਂਦੀ ਆਈ ਹੈ। ਜਦੋਂ ਇਸ ਪੱਖ ਨੂੰ ਸਮੇਂ ਦੀਆਂ ਹਕੂਮਤਾਂ ਵੱਲੋਂ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ, ਤਾਂ ਉਦੋਂ ਨਾਲ ਦੀ ਨਾਲ ਸ਼ਸਤਰ ਦਾ ਪੱਖ ਜਿਹੜਾ ਹੈ ਉਸ ਨੂੰ ਵੀ ਦਮਦਮੀ ਟਕਸਾਲ ਨੇ ਪ੍ਰਮੁੱਖ ਰੱਖਿਆ। ਇਹੀ ਵਾਰ ਵਾਰ ਗੁਰੂ ਕੀਆਂ ਸੰਗਤਾਂ ਦੇ ਚਰਣਾਂ ਵਿੱਚ ਬੇਨਤੀ ਹੈ, ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੀਏ, ਗੁਰੂ ਗਰੀਬ ਨਿਵਾਸ ਜੀ ਦੀ ਵਿਚਾਰਧਾਰਾ ਦੇ ਆਪਾਂ ਧਾਰਨੀ ਬਣੀਏ, ਕਲਗੀਧਰ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਇੱਕੋ ਇੱਕ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਰੱਖੀਏ। ਹੋਰ ਕਿਸੇ ਦੁਆਲੇ ਸ਼ਵਾਲੇ, ਕਿਸੇ ਮੰਦਿਰ ਕਦੇ, ਕਿਸੇ ਮੜੀ ਮਸੀਤ, ਗੁਰਸਿੱਖ ਨੇ ਕਿਸੇ ਦੀ ਮਾਨਤਾ ਨਹੀਂ ਕਰਨੀ, ਹੋਰ ਕਿਤੇ ਨਹੀਂ ਜਾਣਾ, ਕੇਵਲ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਆਉਣਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਤੇ ਹੀ ਆਪਣਾ ਅਡੋਲ ਨਿਸ਼ਚਾ ਰੱਖਣਾ ਹੈ। ਇਹ ਜਿਹੜਾ ਪਵਿੱਤਰ ਦਿਹਾੜਾ ਹੈ ਸਾਨੂੰ ਸੰਦੇਸ਼ ਦੇ ਰਿਹਾ ਹੈ। ਬਾਕੀ ਬੇਨਤੀਆਂ ਅਗਲੇ ਦੀਵਾਨਾਂ ਵਿੱਚ, ਅੱਜ ਦੀ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਔਰ ਸਾਰੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਗੁਰੂ ਕੀਆਂ ਸਾਜੀਆਂ ਨੇ ਵਾਜੀਆਂ ਸਮੁੱਚੀਆਂ ਸੰਗਤਾਂ ਦਾ, ਜਿਨ੍ਹਾਂ ਨੇ ਬੜੇ ਪ੍ਰੇਮ ਨਾਲ ਹਾਜ਼ਰੀ ਭਰੀ ਹੈ ਅਤੇ ਗੁਰੂ ਕੀਆਂ ਵਿਚਾਰਾਂ, ਗੁਰ ਇਤਿਹਾਸ ਦੀਆਂ ਵਿਚਾਰਾਂ ਸਰਵਣ ਕੀਤੀਆਂ, ਦਾਸ ਸਮੁੱਚੀ ਦਮਦਮੀ ਟਕਸਾਲ ਵੱਲੋਂ ਤਹਿ ਦਿਲੋਂ ਧੰਨਵਾਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਨ, ਸੰਗਤਾਂ 'ਤੇ ਬਖਸ਼ਿਸ਼ ਭਰਿਆ, ਮਿਹਰ ਭਰਿਆ ਹੱਥ ਸੀਸ 'ਤੇ ਰੱਖਣ, ਆਪਣੀ ਕਿਰਪਾ ਬਣਾਈ ਰੱਖਣ, ਸੰਗਤਾਂ ਵਿੱਚ ਏਕਤਾ, ਇਤਫਾਕ, ਪਰਸਪਰ ਪਿਆਰ ਦੀ ਭਾਵਨਾ ਕਾਇਮ ਰਹੇ, ਕੌਮ ਦੀ ਸਦਾ ਸਦਾ ਵਾਸਤੇ ਚੜ੍ਹਦੀ ਕਲਾ ਹੋਵੇ, ਇਹ ਗੁਰਚਰਣਾਂ ਵਿੱਚ ਅਰਦਾਸ ਬੇਨਤੀ ਹੈ। ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।
ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਹਿ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਹਿ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।